ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਮੁੱਦਾ। ਔਰ ਰੋਜ਼ਾਨਾ ਇਸ ਮੰਚ ਦੇ ਉੱਤੇ ਅਸੀਂ ਉਹਨਾਂ ਇਸ਼ੂਜ਼ ਦੀ ਗੱਲ ਕਰਦੇ ਹਾਂ, ਉਹਨਾਂ ਮਸਲਿਆਂ ਦੀ ਗੱਲ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਪਬਲਿਕ ਡੋਮੇਨ ਦੇ ਉੱਤੇ ਆਵਾਜ਼ ਬਣੇ ਹੋਏ ਹਨ। ਔਰ ਜਦ ਆਵਾਜ਼ ਦੀ ਗੱਲ ਹੁੰਦੀ ਹੈ ਤਾਂ ਫਿਰ ਇਸ ਮੰਚ ਨੂੰ ਤਿਆਰ ਕੀਤਾ ਜਾਂਦਾ। ਅੱਜ ਜਿਹੜਾ ਵਿਸ਼ਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ, ਵਿਸ਼ਾ ਬੇਹੱਦ ਗੰਭੀਰ ਹੈ। ਗੰਭੀਰ ਦੇ ਨਾਲ ਨਾਲ ਬਹੁਤ ਸਾਨੂੰ ਮਾਣ ਵੀ ਮਹਿਸੂਸ ਹੋਏਗਾ ਅੱਜ, ਔਰ ਸਾਨੂੰ ਬਹੁਤ ਵਧੀਆ ਲੱਗੇਗਾ ਕਿਉਂਕਿ ਅਸੀਂ ਇੱਕ ਪਾਸੇ ਜਦ ਸੱਤ ਸਮੁੰਦਰ ਪਾਰ ਆ ਕੇ ਪਿੱਛੇ ਭਾਰਤ ਬਾਰੇ ਸੋਚਦੇ ਹਾਂ ਔਰ ਖਾਸ ਤੌਰ ਦੇ ਉੱਤੇ ਪੰਜਾਬ ਬਾਰੇ ਸੋਚਦੇ ਹਾਂ ਤਾਂ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਪੰਜਾਬ ਹੈਗਾ ਉਹ ਵਾਕਈ ਬਹੁਤ ਪਿੱਛੇ ਚਲਾ ਗਿਆ। ਲੇਕਿਨ ਅੱਜ ਅਸੀਂ ਪਿੱਛੇ ਜਾਣ ਤੋਂ ਬਜਾਏ ਵਿਦਿਆ ਵਿਚਾਰੀ ਤਾਂ ਪਰਿਓ ਉਪਕਾਰੀ ਦਾ ਸਿਧਾਂਤ ਗੁਰੂ ਸਾਹਿਬ ਨੇ ਜੋ ਸਾਨੂੰ ਸਭ ਤੋਂ ਪਹਿਲਾਂ ਔਰ ਹਮੇਸ਼ਾ ਉਹਨਾਂ ਨੇ ਕਿਹਾ ਕਿ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ। ਔਰ ਜਦ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਅੱਜ ਅਸੀਂ ਇੰਟਰਨੈਸ਼ਨਲ ਪੱਧਰ 'ਤੇ ਵੱਖ ਵੱਖ ਜਥੇਬੰਦੀਆਂ ਇਹਨੂੰ ਕੰਮ ਕਰਵਾਉਣ ਦੇ ਵਿੱਚ ਔਰ ਇਹਨੂੰ ਜ਼ਮੀਨੀ ਪੱਧਰ ਦੇ ਵਿੱਚ ਲਿਆਉਣ ਦੇ ਵਿੱਚ ਵੀ ਹਮੇਸ਼ਾ ਕੰਮ ਕਰਦੀਆਂ ਹਨ। ਪਰ ਅੱਜ ਮੈਂ ਜਿਸ ਵਿਦਿਆਰਥੀ ਦੇ ਨਾਲ ਤੁਹਾਨੂੰ ਮਿਲਵਾਵਾਂਗਾ ਉਹ ਸਾਡਾ ਮਾਣ ਵੀ ਵਧਾਉਂਦਾ ਔਰ ਸਾਨੂੰ ਲੱਗਦਾ ਕਿ ਅਜਿਹੇ ਵਿਦਿਆਰਥੀ ਜੇਕਰ ਸਾਡੀ ਕੌਮ ਦੇ ਵਿੱਚ ਆ ਜਾਣ ਜਾਂ ਫਿਰ ਆਪਾਂ ਇਹਨਾਂ ਨੂੰ ਹੀ ਐਜੂਕੇਟ ਕਰ ਦਈਏ ਜਾਂ ਫਿਰ ਅਸੀਂ ਅਜਿਹੇ ਵਿਦਿਆਰਥੀ ਹੋਰ ਜ਼ਿਆਦਾ ਕ੍ਰੀਏਟ ਕਰ ਦਈਏ ਤਾਂ ਇਸ ਕੌਮ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਅੱਜ ਭਾਵੇਂ ਜਿੰਨੀ ਮਰਜ਼ੀ ਤਾਕਤਾਂ ਹੋਣ ਦੇ ਵਿੱਚ ਆ ਰਹੀਆਂ ਹੋਣ ਔਰ ਸਾਨੂੰ ਵਿਗਾੜਨ ਦੇ ਲਈ, ਸਾਨੂੰ ਆਪਸ ਦੇ ਵਿੱਚ ਲੜਵਾਉਣ ਦੇ ਲਈ, ਉਹ ਕਾਮਯਾਬ ਵੀ ਹੋ ਰਹੀਆਂ ਹਨ ਔਰ ਉਹ ਵਚਨਬੰਦ ਵੀ ਹੋ ਰਹੀਆਂ ਹਨ ਕਿ ਕਿਵੇਂ ਅਸੀਂ ਇਸ ਕੌਮ ਦੇ ਵਿੱਚ ਫੁੱਟ ਪਵਾਈਏ। ਲੇਕਿਨ ਅਗਰ ਅਸੀਂ ਅਜਿਹੇ ਵਿਦਿਆਰਥੀ ਵਰਲਡਵਾਈਡ ਕ੍ਰੀਏਟ ਕਰ ਦਈਏ ਤਾਂ ਮੈਨੂੰ ਲੱਗਦਾ ਕਿ ਸਾਡਾ ਕੌਮ ਦਾ ਜਿਹੜਾ ਭਵਿੱਖ ਹੈ ਉਹ ਬਿਲਕੁਲ ਸੁਨਹਿਰਾ ਹੋਵੇਗਾ। ਅੱਜ ਜਿੱਥੇ ਅਸੀਂ ਅਮੈਰੀਕਾ ਦੀ ਧਰਤੀ ਦੇ ਵਿੱਚ ਵੇਖਦੇ ਹਾਂ ਕਿ 1.5% ਜੂਇਸ਼ ਕਮਿਊਨਿਟੀ, ਯਹੂਦੀ ਜਿਹੜੇ ਨੇ ਉਹ ਆਪਣੇ ਹੀ ਸਕੂਲ, ਆਪਣੇ ਹੀ ਹਸਪਤਾਲ, ਐਜੂਕੇਸ਼ਨ ਸਿਸਟਮ, ਐਡਮਿਨਿਸਟ੍ਰੇਸ਼ਨ ਸਿਸਟਮ ਦੇ ਵਿੱਚ, ਯਾਨੀ ਕਿ ਵਰਲਡ ਦੀ ਸਭ ਤੋਂ ਪਾਵਰਫੁੱਲ ਕੰਟਰੀ ਨੂੰ, ਇਕੋਨਮੀ ਨੂੰ ਅੱਜ ਉਹ ਚਲਾ ਰਹੇ ਹਨ। ਲੇਕਿਨ ਉਹਨਾਂ ਨੇ ਸਿਧਾਂਤ ਆਪਣੀ ਜ਼ਿੰਦਗੀ ਦੇ ਵਿੱਚ ਕੀ ਰੱਖਿਆ? ਅਸੀਂ ਅਗਰ ਅੱਜ ਗੱਲ ਕਰੀਏ ਤਾਂ ਉਹਨਾਂ ਨੇ ਹਮੇਸ਼ਾ ਆਪਣੇ ਬੱਚਿਆਂ ਨੂੰ ਐਜੂਕੇਸ਼ਨ, ਹਮੇਸ਼ਾ ਬੱਚਿਆਂ ਨੂੰ ਉਹ ਵਧੀਆ ਸਿਖਲਾਈ ਜਿਹੜੀ ਹੈ, ਭਾਵੇਂ ਉਹ ਕਿਸੇ ਵੀ ਫੀਲਡ ਦੀ ਹੋਏ, ਭਾਵੇਂ ਅੱਜ ਅਸੀਂ ਅਮੈਰੀਕਾ ਦੇ ਵਿੱਚ ਦੇਖਦੇ ਹਾਂ ਪੋਲੀਟੀਸ਼ੀਅਨਸ, ਅਟਰਨੀ, ਡਾਕਟਰਸ, ਜਿੰਨੇ ਵੀ ਵੱਡੇ ਅਹੁਦੇ ਹਨ ਉਹ ਸਾਰੇ ਜੂਇਸ਼ ਕਮਿਊਨਿਟੀ, ਯਾਨੀ ਕਿ ਯਹੂਦੀ, ਉਸ ਸਾਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਸਾਰੇ ਕੰਮਾਂ ਦੇ ਵਿੱਚ ਸਭ ਤੋਂ ਅੱਗੇ ਹਨ। ਲੇਕਿਨ ਮਾਣ ਇੱਥੇ ਵੀ ਮਹਿਸੂਸ ਹੁੰਦਾ ਕਿ 2% ਹੋਣ ਦੇ ਬਾਵਜੂਦ ਵੀ ਅਸੀਂ ਆਲ ਓਵਰ ਵਰਲਡ ਦੇ ਵਿੱਚ ਸਾਡੀ ਕੌਮ ਨੇ ਵੀ ਰਾਜ ਕੀਤਾ ਹੋਇਆ। ਅਸੀਂ ਵੀ ਆਪਣੀ ਮਿਹਨਤ, ਡੈਡੀਕੇਸ਼ਨ, ਆਪਣੇ ਉਸ ਸਕਿੱਲ ਦੇ ਸਦਕਾ ਅੱਜ ਵਰਲਡਵਾਈਡ ਆਪਣੀ ਪਹਿਚਾਣ ਬਣਾ ਰਹੇ ਹਾਂ। ਅਤੇ ਸਾਨੂੰ ਹੁਣ ਇੱਕ ਪਲੈਟਫਾਰਮ ਚਾਹੀਦਾ, ਸਾਨੂੰ ਉਹ ਨਵੇਂ ਬੱਚੇ ਚਾਹੀਦੇ ਹਨ ਜੋ ਕਿ ਇਸ ਪਲੈਟਫਾਰਮ ਦੇ ਉੱਤੇ ਆ ਕੇ ਸਾਡਾ ਮਾਣ ਵਧਾਉਣ। ਅੱਜ ਘਰ ਦੇ ਵਿੱਚ ਜਿੰਨੇ ਵੀ ਮੈਨੂੰ ਟੀ ਵੀ ਵੇਖ ਰਹੇ ਹਨ, ਟੀ ਵੀ ਦੇ ਵਿੱਚ ਜਾਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹਨ, ਮੈਂ ਜ਼ਰੂਰ ਤੁਹਾਨੂੰ ਦਰਖਾਸਤ ਕਰਾਂਗਾ ਆਪਣੇ ਘਰ ਦੇ ਵਿੱਚ ਗ੍ਰੈਂਡ ਚਿਲਡਰਨਸ ਨੂੰ ਜ਼ਰੂਰ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਨਾਲ ਬਿਠਾਉਣਾ। ਅੱਜ ਤੁਸੀਂ ਉਹਨਾਂ ਨੂੰ ਜ਼ਰੂਰ ਵਿਖਾਉਣਾ ਕਿ ਕਿਵੇਂ ਉਹਨਾਂ ਦੀ ਹੀ ਉਮਰ ਦਾ ਇਹ ਬੱਚਾ, ਇਹ ਵਿਦਿਆਰਥੀ ਉਹਨਾਂ ਦੇ ਲਈ ਅੱਜ ਇੱਕ ਮਿਸਾਲ ਕਾਇਮ ਕਰੇਗਾ। ਡੈਫੀਨੇਟਲੀ ਹੀ ਵਿਲ ਮੋਟੀਵੇਟ ਯੂ ਔਰ ਡੈਫੀਨੇਟਲੀ ਸਾਡਾ ਵੀ ਜਿਹੜਾ ਮਾਣ ਹੈ ਉਹ ਵਧਾਏਗਾ। ਮੈਂ ਤੁਹਾਨੂੰ ਅੱਜ ਤਾਰੂਫ ਕਰਾਵਾਂਗਾ ਇੱਕ ਅਜਿਹੇ ਵਿਦਿਆਰਥੀ ਦੇ ਨਾਲ, ਉਹਦਾ ਨਾਮ ਹੈਗਾ ਲਖਦੀਪ ਸਿੰਘ, ਜੋ ਕਿ ਜਲੰਧਰ ਪੰਜਾਬ ਦੇ ਨਾਲ, ਉਹ ਪੰਜਾਬ ਜਲੰਧਰ ਤੋਂ ਸੰਬੰਧ ਰੱਖਦਾ ਔਰ 7ਵੀਂ ਜਮਾਤ ਦਾ ਇਹ ਵਿਦਿਆਰਥੀ ਹੈ। ਇਜ਼ ਅ ਸਟੂਡੈਂਟ ਫੋਰ 7th ਗ੍ਰੇਡ ਐਂਡ ਡੈਫੀਨੇਟਲੀ ਹੀ ਗੋਨਾ ਮੇਕ ਅਸ ਪ੍ਰਾਊਡ, ਵੀ ਵਿਲ ਫੀਲ ਪ੍ਰਾਊਡ ਕਿ ਵੀ ਹੈਵ ਲਖਦੀਪ ਸਿੰਘ ਇਨ ਪੰਜਾਬ ਐਂਡ ਵੀ ਵਾਂਟ ਮੋਰ ਲਖਦੀਪ ਸਿੰਘ ਵਰਲਡ ਵਾਈਡ। ਸਾਨੂੰ ਲਖਦੀਪ ਸਿੰਘ ਵਰਗੇ ਹੋਰ ਵੀ ਚਾਹੀਦੇ ਹਨ। ਜਿੱਥੇ ਅੱਜ ਅਸੀਂ ਇੱਕ ਵਾਰ ਪਾਸੇ ਪੰਜਾਬ ਨੂੰ ਕੋਸਦੇ ਹਾਂ, ਪੰਜਾਬ ਦੇ ਵਿੱਚ ਨਸ਼ਾ, ਪੰਜਾਬ ਦੇ ਵਿੱਚ ਇਹ, ਅਗਰ ਅਸੀਂ ਇਸ ਬਾਰੇ ਵੀ ਸੋਚੀਏ ਕਿ ਅਗਰ ਆਪਾਂ ਇਹਨਾਂ ਨੂੰ ਵੀ ਅੱਗੇ ਲੈ ਕੇ ਆਈਏ, ਇਹਨਾਂ ਬੱਚਿਆਂ ਨੂੰ ਵੀ ਅਸੀਂ ਅਗਰ ਅੱਗੇ ਵਧਾਈਏ ਤਾਂ ਜਿਹੜਾ ਭਵਿੱਖ ਸਾਡੀ ਕੌਮ ਦਾ ਉਹ ਵਧੀਆ ਹੋ ਸਕਦਾ। ਹਰ ਕਿਸੇ ਵੀ ਬਿਮਾਰੀ ਦਾ ਕੋਈ ਵੀ ਇਲਾਜ ਅਗਰ ਹੁੰਦਾ, ਅਗਰ ਮੈਂ ਜ਼ਮੀਨੀ ਪੱਧਰ 'ਤੇ ਗੱਲ ਕਰਾਂ, ਉਹ ਹੈ ਐਜੂਕੇਸ਼ਨ।
ਜੇ ਸਾਨੂੰ ਐਜੂਕੇਸ਼ਨ ਹੋਏਗੀ ਤਾਂ ਅਸੀਂ ਕਿਸੇ ਵੀ ਇਲਾਜ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਔਰ ਬਿਮਾਰੀ ਨੂੰ ਖਤਮ ਕਰ ਸਕਦੇ ਹਾਂ ਜੜ੍ਹ ਤੋਂ। ਉਹ ਵੀ ਲਖਦੀਪ ਸਿੰਘ ਜਿਹੜਾ ਹੈ, ਜੇਕਰ ਮੈਂ ਉਹਦੀ ਗੱਲ ਕਰਾਂ ਤਾਂ ਉਹਨੂੰ ਜ਼ਰੂਰੀ ਹੈ ਕਿ ਜਿਸ ਜਮਾਤ ਦੇ ਵਿੱਚ ਪੜ੍ਹਦਾ ਲੇਕਿਨ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ, ਐਵੀਏਸ਼ਨ ਦੇ ਨਾਲ ਉਹਦਾ ਰਾਬਤਾ ਹੈ, ਉਹਦੀ ਦਿਲਚਸਪੀ ਹੈ। ਔਰ ਜਦ ਮੈਂ ਗੱਲ ਧਾਰਮਿਕ ਕਰਦਾ ਤਾਂ ਅਧਿਆਤਮਿਕ ਕਰਦਾ ਤਾਂ ਉਹਦੇ ਵਿੱਚ ਵੀ ਉਹਦਾ ਗਿਆਨ ਜਿਹੜਾ ਉਹ ਵਾਕਈ ਬਹੁਤ ਹੀ ਸੋਹਣੇ ਢੰਗ ਦੇ ਨਾਲ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੇ ਹਰ ਚੀਜ਼ ਨੂੰ ਮੂੰਹ ਜ਼ਬਾਨੀ ਯਾਦ ਕੀਤਾ। ਮੈਂ ਅੱਜ ਤੁਹਾਨੂੰ ਵੀ ਕਹਾਂਗਾ ਕਿ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਸਵਾਲ ਅਗਰ ਹੋਏ ਆਪਣੀ ਸਿੱਖੀ ਨੂੰ ਲੈ ਕੇ ਜਾਂ ਫਿਰ ਸਾਇੰਸ ਐਂਡ ਟੈਕਨੋਲੋਜੀ ਨੂੰ ਲੈ ਕੇ, ਤੁਸੀਂ ਕਾਲ ਕਰਕੇ ਲਾਈਵ ਅੱਜ ਉਹਦੇ ਨਾਲ ਪੁੱਛ ਸਕਦੇ ਹੋ ਔਰ ਹੀ ਵਿਲ ਆਨਸਰ ਯੂ ਲਾਈਵ। ਮੈਂ ਰਿਕੁਐਸਟ ਕਰਾਂਗਾ ਸੁੱਖਾ ਜੀ ਨੂੰ ਕਿ ਲਖਦੀਪ ਸਿੰਘ ਨੂੰ ਇੱਕ ਵਾਰੀ ਉਹ ਟੀ ਵੀ ਸਕਰੀਨ ਦੇ ਉੱਤੇ ਲੈ ਕੇ ਆਉਣ। ਮੈਂ ਦਰਸ਼ਕਾਂ ਨਾਲ ਤਾਰੂਫ ਕਰਾਉਣਾ ਚਾਹੁੰਦਾ ਲਖਦੀਪ ਸਿੰਘ ਨੂੰ। ਲਖਦੀਪ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਦੀਪ, ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਯੈਸ ਸਰ, ਜੀ ਸੁਣ ਪਾ ਰਹੇ ਹਾਂ। ਲਖਦੀਪ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਵੀ। ਵੈਲਕਮ ਯੂ ਔਨ ਦ ਵੈਰੀ ਫੇਮਸ ਸ਼ੋਅ ਆਫ ਨੌਰਥ ਅਮਰੀਕਾ। ਪੀਪਲ ਵਿਲ ਵਾਚ ਯੂ ਇਨ ਨੌਰਥ ਅਮਰੀਕਾ। ਤੁਹਾਨੂੰ ਨੌਰਥ ਅਮਰੀਕਾ ਦੇ ਵਿੱਚ ਸਾਰੇ ਲੋਕ ਅੱਜ ਵੇਖਣਗੇ। ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਜਸ ਪੰਜਾਬੀ ਚੈਨਲ ਨੂੰ ਧੰਨਵਾਦ ਕਹਿਣਾ ਚਾਹੁੰਦਾ ਕਿ ਜਿਸ ਨੇ ਇੱਥੇ ਤੱਕ ਪਹੁੰਚਾਇਆ ਹੈ। ਵੈਰੀ ਗੁੱਡ ਲਖਦੀਪ। ਲਖਦੀਪ, ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ ਕਿ ਹੁਣੇ ਹਾਲ ਫਿਲਹਾਲ ਦੇ ਵਿੱਚ ਅਸੀਂ ਗੁਰਪੁਰਬ ਮਨਾ ਕੇ ਹਟੇ ਹਾਂ, ਤੁਸੀਂ ਦੱਸ ਸਕਦੇ ਹੋ ਆਪਾਂ ਕਿਹਨਾਂ ਦਾ ਗੁਰਪੁਰਬ ਮਨਾਇਆ? ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਗੁਰਪੁਰਬ ਮਨਾਇਆ ਹੈ। ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਹੈ, ਪ੍ਰਕਾਸ਼ ਉਤਸਵ ਹੈ, ਕਦ ਆਉਂਦਾ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 15 April 1469 ਈਸਵੀ ਨੂੰ ਹੋਇਆ ਸੀ ਤੇ ਇਹ 12 November ਨੂੰ ਇਸ ਕਰਕੇ ਮਨਾਇਆ ਗਿਆ ਹੈ ਕਿਉਂਕਿ ਜਿਹੜਾ ਪਹਿਲਾ ਸੂਰਜੀ ਕੈਲੰਡਰ ਤੇ ਵਿਕਰਮੀ ਸੰਮਤ ਦੇ ਕਾਰਨ ਹਰ ਸਾਲ ਦਿਨ ਵੱਧਦੇ ਰਹਿੰਦੇ ਜਾਂ ਘੱਟਦੇ ਰਹਿੰਦੇ ਸੀ। ਇਸ ਤਰ੍ਹਾਂ ਇਹ 12 November ਦਾ ਕਾਰਨ। ਤੁਸੀਂ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਬਾਰੇ ਦੱਸ ਸਕਦੇ ਹੋ? ਉਹਨਾਂ ਦੇ ਪਿਤਾ ਜੀ ਦਾ ਕੀ ਨਾਂ ਸੀਗਾ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪਰਿਵਾਰ ਵਿੱਚ ਉਹਨਾਂ ਦੀ ਜਿਹੜੀ ਮਾਤਾ ਜੀ ਸੀ ਉਹਨਾਂ ਦਾ ਨਾਂ ਸੀ ਮਾਤਾ ਤ੍ਰਿਪਤਾ ਦੇਵੀ ਤੇ ਉਹਨਾਂ ਦਾ ਪਿਤਾ ਜੀ ਸੀ ਮਹਿਤਾ ਕਾਲੂ। ਉਹਨਾਂ ਦੇ ਪਿਤਾ ਜੀ ਦਾ ਪੂਰਾ ਨਾਂ ਸੀ ਕਲਿਆਣ ਚੰਦ ਦਾਸ ਦੇਵੀ। ਉਹਨਾਂ ਦੀ ਇੱਕ ਵੱਡੀ ਭੈਣ ਵੀ ਸੀ ਜਿਹੜੀ ਕਿ ਉਹਨਾਂ ਤੋਂ 5 ਸਾਲ ਵੱਡੀ ਸੀ। ਉਹਨਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਤੇ ਬੇਬੇ ਨਾਨਕੀ ਤੋਂ ਹੀ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਦਾ ਨਾਂ ਨਾਮ ਪੈ ਗਿਆ। ਓਕੇ, ਤੇ ਗੁਰੂ ਨਾਨਕ ਦੇਵ ਜੀ ਦੇ ਜੇਕਰ ਮੈਂ ਬੱਚਿਆਂ ਦੀ ਗੱਲ ਕਰਾਂ ਤੇ ਕੌਣ ਕੌਣ ਸੀਗਾ ਉਹਨਾਂ ਦੇ ਪਰਿਵਾਰ ਦੇ ਵਿੱਚ? ਸ੍ਰੀ ਗੁਰੂ ਨਾਨਕ ਦੇਵ ਜੀ ਦੇ 2 ਪੁੱਤਰ ਸਨ। ਵੱਡੇ ਪੁੱਤਰ ਦਾ ਨਾਂ ਬਾਬਾ ਸ਼੍ਰੀ ਚੰਦ ਜੀ ਸੀ ਤੇ ਛੋਟੇ ਪੁੱਤਰ ਦਾ ਨਾਂ ਬਾਬਾ ਲਖਮੀ ਦਾਸ ਜੀ। ਤੇ ਤੁਸੀਂ ਪੰਜ ਪਿਆਰਿਆਂ ਬਾਰੇ ਜਾਣਦੇ ਹੋ? ਹਾਂਜੀ, ਉਹਨਾਂ ਦੇ ਨਾਂ ਵੀ ਦਰਸ਼ਕਾਂ ਨੂੰ ਦੱਸੋ। ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਨ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਆਨੰਦਪੁਰ ਦਾ ਤੁਹਾਨੂੰ ਇਤਿਹਾਸ ਦੇ ਬਾਰੇ ਪਤਾ? ਆਨੰਦਪੁਰ ਸਾਹਿਬ ਵਿਖੇ ਜਦ ਲੜਾਈ ਹੋ ਰਹੀ ਸੀ ਤਾਂ ਜਿਹੜੇ ਮੁਗਲ ਜਿਹੜੀ ਸੈਨਾ ਸੀ ਉਹਨਾਂ ਨੇ ਘੇਰਾਬੰਦੀ ਕਰ ਲਈ ਸੀ ਤੇ ਉੱਥੇ ਖਾਣਾ ਜਾਣਾ ਬੰਦ ਹੋ ਗਿਆ ਸੀ ਤੇ ਇਸ ਲਈ 40 ਸਿੰਘ ਜਿਹੜੇ ਆ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਉਹਨਾਂ ਨੂੰ ਬਦਾਵਾ ਦੇ ਕੇ ਜਾਣ ਤੇ ਫਿਰ ਉਹ ਸਾਰੇ ਬਦਾਵਾ ਲਿਖ ਕੇ ਗਏ ਸੀ ਕਿ ਅਸੀਂ ਤੇਰੇ ਸਿੱਖੀ ਤੇ ਤੂੰ ਸਾਡਾ ਗੁਰੂ ਨਹੀਂ ਤੇ ਜਦ ਉਹ ਘਰੇ ਪਹੁੰਚੇ ਤਾਂ ਉਹਨਾਂ ਦੀ ਪਤਨੀਆਂ ਨੇ ਕਿਹਾ ਪੂਰੀਆਂ ਪਾ ਲਓ ਤੇ ਘਰੇ ਬੈਠੋ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਕਰਦੇ। ਠੀਕ ਹੈ, ਤੇ 40 ਮੁਕਤਿਆਂ ਦਾ ਨਾਂ ਤੁਹਾਨੂੰ ਪਤਾ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ? ਭਾਈ ਭਾਗ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਨਿਧਾਨ ਸਿੰਘ ਜੀ, ਭਾਈ ਧਰਮਰਾ ਸਿੰਘ ਜੀ, ਭਾਈ ਦਰਬਰਾ ਸਿੰਘ ਜੀ, ਭਾਈ ਦਿਆਲ ਸਿੰਘ ਜੀ, ਭਾਈ ਨਿਹਾਲ ਸਿੰਘ ਜੀ, ਭਾਈ ਖੁਸ਼ਹਾਲ ਸਿੰਘ ਜੀ, ਭਾਈ ਗੰਡਾ ਸਿੰਘ ਜੀ, ਭਾਈ ਸ਼ਮੀਰ ਸਿੰਘ ਜੀ, ਭਾਈ ਸਿੰਘਾ ਜੀ, ਭਾਈ ਭਲਾ ਸਿੰਘ ਜੀ, ਭਾਈ ਝੰਬਾ ਸਿੰਘ ਜੀ, ਭਾਈ ਸੁਹੇਲ ਸਿੰਘ ਜੀ, ਭਾਈ ਗੰਗਾ ਸਿੰਘ ਜੀ, ਭਾਈ ਸੁਮੇਰ ਸਿੰਘ ਜੀ, ਭਾਈ ਮਾਇਆ ਸਿੰਘ ਜੀ, ਭਾਈ ਮੱਸਾ ਸਿੰਘ ਜੀ, ਭਾਈ ਸੁਲਤਾਨ ਸਿੰਘ ਜੀ, ਭਾਈ ਸਰਜਾ ਸਿੰਘ ਜੀ, ਭਾਈ ਸਾਧੂ ਸਿੰਘ ਜੀ,
ਭਾਈ ਗੁਲਾਬ ਸਿੰਘ ਜੀ, ਭਾਈ ਹਰਸਾ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਹਰੀ ਸਿੰਘ ਜੀ, ਭਾਈ ਧਨਾ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਕਿਰਤ ਸਿੰਘ ਜੀ, ਭਾਈ ਲਛਮਣ ਸਿੰਘ ਜੀ, ਭਾਈ ਬੁੱਢਾ ਸਿੰਘ ਜੀ, ਭਾਈ ਕੇਸ਼ਵ ਸਿੰਘ ਜੀ, ਭਾਈ ਜਾਦੋ ਸਿੰਘ ਜੀ, ਭਾਈ ਸੋਭਾ ਸਿੰਘ ਜੀ, ਭਾਈ ਭੰਗਾ ਸਿੰਘ ਜੀ, ਭਾਈ ਜੋਗਾ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਕਾਲਾ ਸਿੰਘ ਜੀ, ਭਾਈ ਮਹਾ ਸਿੰਘ ਜੀ। ਸ਼ਾਬਾਸ਼ ਲਖਦੀਪ, ਵੈਰੀ ਨਾਈਸ ਲਖਦੀਪ। ਮੈਂ ਹੋਰ ਵੀ ਸਵਾਲ ਤੁਹਾਡੇ ਤੋਂ ਪੁੱਛੂੰਗਾ। ਇਹ ਤਾਂ ਸਵਾਲ ਸਾਡੀ ਕੌਮ ਦੇ ਨਾਲ ਸੰਬੰਧਿਤ ਹੋ ਗਏ, ਸਿੱਖੀ ਦੇ ਨਾਲ ਰਿਲੇਟਡ ਹੋ ਗਏ। ਕਿਹੜੀ ਕਿਹੜੀ ਭਾਸ਼ਾਵਾਂ ਤੁਹਾਨੂੰ ਹੋਰ ਆਉਂਦੀਆਂ? ਮੈਨੂੰ ਇੰਗਲਿਸ਼ ਵੀ ਆਉਂਦੀ ਹੈ ਤੇ ਹਿੰਦੀ ਵੀ ਆਉਂਦੀ ਹੈ। ਓਕੇ, ਜੇਕਰ ਮੈਂ ਇੰਗਲਿਸ਼ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹੀ ਗੱਲ ਜੇਕਰ ਤੁਸੀਂ ਇਹਨੂੰ ਟ੍ਰਾਂਸਲੇਟ ਕਰੋ, ਸੋ ਤੁਸੀਂ ਕੀ ਦੱਸਣਾ ਚਾਹੋਗੇ ਕਿ ਕਿਹੜੇ ਕਿਹੜੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਤੁਸੀਂ ਵਿਜ਼ਿਟ ਕਰਨਾ ਚਾਹੋਗੇ ਆਲ ਓਵਰ ਵਰਲਡ ਦਾ, ਆਲ ਓਵਰ ਵਰਲਡ ਦੇ ਵਿੱਚ? There are many Gurdwaras in the world which are situated at different places. And firstly, I would like to visit all the Panch Takhts, which were Akal Takht, Patna Sahib, Kesgarh Sahib, Damdama Sahib, and Hazur Sahib, which is related to mostly related to Sri Guru Gobind Singh and some other gurus. I would like to visit all the Gurdwaras because our Sikh history is a tree, and if we cut the roots, how will the tree survive? So that's why I would like to visit all the gurdwaras of the world, and many people like to visit many modern countries like America, Singapore, Tokyo, but my choice is different. I would like to visit all the gurdwaras because I love Sikh history. If my connection if I have no connection with Sikh history, then I am not a Sikh. And because I am a Sikh of Sri Guru Gobind Singh Ji, I would like to visit all the Gurdwaras of the world. Very nice, Lakdeep. Lakdeep, can you tell me about anything apart from, you know, Gurdwara Sahib, anything you know in the world? There is Egypt, which is in Giza. I would like to visit Egypt because it is so mysterious. There were pyramids in the Egypt. Now they were made with limestone, which were 20,000 to 70,000 kg heavy. And our modern machines can only lift up to 20,000 kg weight. But how did the Egyptian people lifted 70,000 kg heavy limestones and build those enormous pyramids? The pyramids were made 4,000 years ago. So how is this possible? Our modern machine can lift only some weight, and they lifted a very large amount of weight with a very low technology. And the other mysterious thing there is a statue which is called the Great Sphinx. It is of a pharaoh. The pharaoh is called the king of the Egyptian. When the sun rises, it looks like it's aura. And aura is the thing which we can see in our Guru's photo. It is a bright circle behind our Guru's head. This shows that the Egyptian people respected their kings. And the other, and on top of it, the pyramids were aligned according to a constellation. When the people does not know what stars are, where they are, how did they align the pyramids according to constellation of stars? So I think when I will grow up, I will go there and solve this mystery and tell people more about this. And that's all. Very nice, Lakdeep. Lakdeep, ਮੈਂ ਇੱਥੇ ਇੱਕ ਬ੍ਰੇਕ ਲਈ ਹਜੇ ਫਿਲਹਾਲ ਰੁਕ ਰਹੇ ਹਾਂ। ਤੁਹਾਡੀ ਹੋਰ ਕੀ ਹੋਬੀਜ਼ ਨੇ ਮੈਨੂੰ ਉਹ ਵੀ ਦੱਸੋ, ਫਿਰ ਅਸੀਂ ਉਹਦੇ ਉੱਤੇ ਵੀ ਸਵਾਲ ਲਵਾਂਗੇ ਤੁਹਾਡੇ ਤੋਂ। ਮੇਰੀ ਜਿਹੜੀ ਸਭ ਤੋਂ ਜਿਹੜੀ ਜਿਹੜੀ ਮੇਰੀ ਮੇਨ ਇੰਟਰਸਟ ਹੈ, ਜਿਹੜੀ ਮੇਰੀ ਸਭ ਤੋਂ ਮੇਨ ਹੋਬੀ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਗੇਨ ਕਰਨਾ। ਤੇ ਮੈਨੂੰ ਸਭ ਤੋਂ ਜ਼ਿਆਦਾ ਸਪੇਸ ਦੀ ਤੇ ਆਪਣੀ ਜਨਰਲ ਨੌਲੇਜ ਨੌਲੇਜ ਲੈਣੀ ਬਹੁਤ ਪਸੰਦ ਹੈ। ਤੁਸੀਂ ਸਪੇਸ ਦੀ ਗੱਲ ਕੀਤੀ ਤਾਂ ਗਲੈਕਸੀ ਬਾਰੇ ਪਤਾ ਤੁਹਾਨੂੰ? ਹਾਂਜੀ, ਆਪਾਂ ਮਿਲਕੀ ਵੇ ਗਲੈਕਸੀ ਦੇ ਵਿੱਚ ਆ ਤੇ ਆਪਣੀ ਸਭ ਤੋਂ ਜਿਹੜੀ ਨਜ਼ਦੀਕੀ ਗਲੈਕਸੀ ਹੈ ਉਹ ਹੈ ਐਂਡਰੋਮੇਡਾ ਗਲੈਕਸੀ। ਤੇ ਇੱਕ ਜਿਹੜੀ ਗਲੈਕਸੀ ਹੁੰਦੀ ਹੈ, ਉਹ ਇੱਕ ਸਟਾਰਸ, ਗੈਸਿਸ, ਕਲਾਉਡਸ ਦਾ ਪੂਰਾ ਕਲਸਟਰ ਹੁੰਦਾ ਵਾ, ਜਿਹਦੇ ਸੈਂਟਰ ਵਿੱਚ ਸੁਪਰ ਮੈਸਿਵ ਬਲੈਕ ਹੋਲ ਹੁੰਦਾ ਵਾ। ਤੇ ਆਪਣੇ ਯੂਨੀਵਰਸ ਵਿੱਚ ਲੱਖਾਂ ਗਲੈਕਸੀ ਸਨ।
ਵੈਰੀ ਨਾਈਸ ਲਗਦੀਪ, ਮੈਂ ਬਹੁਤ ਇੰਪ੍ਰੈਸ ਹਾਂ। ਮੈਨੂੰ ਲੱਗਦਾ ਕਿ ਜਿਹੜੇ ਸਾਡੇ ਦਰਸ਼ਕ ਹੋਣਗੇ ਉਹ ਵੀ ਬਹੁਤ ਤੁਹਾਡੇ ਤੋਂ ਇੰਪ੍ਰੈਸ ਹੋ ਰਹੇ ਹੋਣੇ ਆ। ਸੋ ਆਈਲ ਜਸਟ ਗੋ ਫੋਰ ਅ ਬ੍ਰੇਕ ਐਂਡ ਆਈਲ ਕਮ ਬੈਕ ਐਂਡ ਆਈਲ ਆਸਕ ਯੂ ਅ ਸੈਵਰਲ ਕੁਐਸਚਨਸ ਡੈਫੀਨੇਟਲੀ ਫਰੋਮ ਸਪੇਸ ਐਂਡ ਅਦਰ ਫਰੋਮ ਜਨਰਲ ਨੌਲੇਜ। ਮਿਲਦੇ ਹਾਂ ਲਗਦੀਪ ਆਪਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਸੀ ਲਖਦੀਪ ਸਿੰਘ ਦੇ ਨਾਲ, ਅਤੇ ਮਕਸਦ ਇਸ ਪ੍ਰੋਗਰਾਮ ਦੇ ਵਿੱਚ ਲਖਦੀਪ ਸਿੰਘ ਵਰਗੇ ਵਿਦਿਆਰਥੀਆਂ ਨੂੰ ਲਿਆਉਣ ਦੀ ਅੱਜ ਪੰਜਾਬ ਤੋਂ ਕਵਾਇਦ ਇਸ ਕਰਕੇ ਸ਼ੁਰੂ ਹੋਈ ਜਿੱਥੇ ਅਸੀਂ ਅੱਜ ਪੰਜਾਬ ਨੂੰ ਔਰ ਪੰਜਾਬ ਦੇ ਵਿੱਚ ਹੋ ਰਹੇ ਕੰਮ ਨੂੰ ਮਾੜਾ ਜ਼ਰੂਰ ਆਖਦੇ ਹਾਂ, ਕਿਉਂਕਿ ਉੱਥੇ ਦੇ ਜਿਹੜੇ ਸਿਆਸਤਦਾਨ ਹਨ ਉਹ ਵਚਨਬੰਦ ਨਹੀਂ ਹੋ ਰਹੇ। ਲੇਕਿਨ ਜਦ ਅਸੀਂ ਲਖਦੀਪ ਸਿੰਘ ਵਰਗੇ ਬੱਚੇ ਨੂੰ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਾਡਾ ਫਿਊਚਰ ਹਜੇ ਵੀ ਸਿਕਿਓਰ ਹੈ। ਅਤੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ, ਜਿੱਥੇ ਲਖਦੀਪ ਨੂੰ ਨੌਲੇਜ ਹੈਗੀ ਹੈ ਸਪੇਸ ਬਾਰੇ, ਤਾਂ ਜੇਕਰ ਮੈਂ ਵਰਲਡ ਦੀ ਗੱਲ ਕਰ ਲਵਾਂ ਤਾਂ ਵਰਲਡ ਦੇ ਵੀ ਕਾਫੀ ਸਾਰੇ ਮੁਲਕ ਹਨ, ਉਹਨਾਂ ਦੇ ਬਾਰੇ ਨੌਲੇਜ ਹੈ। ਸੋ ਲਖਦੀਪ, ਡੂ ਯੂ ਨੋ ਅਬਾਊਟ ਦ ਕੰਟਰੀਜ਼, ਡਿਫਰੈਂਟ ਡਿਫਰੈਂਟ ਕੰਟਰੀਜ਼ ਇਨ ਦ ਵਰਲਡ? ਯੈਸ ਸਰ। ਓਕੇ, ਬਟ ਬਿਫੋਰ ਦੈਟ ਆਈ ਹੈਵ ਅ ਕਾਲਰ ਵਿਦ ਮੀ, ਮੇਰੇ ਨਾਲ ਕਾਫੀ ਸਾਰੇ ਕਾਲਰ ਵੀ ਜੁੜੇ ਹੋਏ ਹਨ ਜੋ ਤੁਹਾਡੇ ਨਾਲ ਗੱਲ ਵੀ ਕਰਨਾ ਚਾਹੁੰਦੇ ਹਨ, ਤਾਂ ਮੈਂ ਉਹਨਾਂ ਨੂੰ ਵੀ ਲੈ ਲੈਣਾ ਫੋਨ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਮਨਜੋਤ ਦੁੱਗਲ, ਮੈਂ ਵਰਜੀਨੀਆ ਤੋਂ ਬੋਲ ਰਿਹਾ। ਹਾਂਜੀ। ਐਂਡ ਸਤਿ ਸ਼੍ਰੀ ਅਕਾਲ ਲਖਦੀਪ। ਸਤਿ ਸ਼੍ਰੀ ਅਕਾਲ। ਹਾਂਜੀ, ਆਮ ਵੈਰੀ ਇੰਪ੍ਰੈਸਡ ਅਬਾਊਟ ਵਾਟ ਯੂ ਹੈਵ ਬੀਨ ਸੇਇੰਗ ਅਬਾਊਟ ਯੂਰ ਇੰਟਰਸਟ ਇਨ ਦ ਗੈਲੈਕਸੀ। ਸੋ ਕੈਨ ਯੂ ਟੈਲ ਮੀ ਮੋਰ ਅਬਾਊਟ ਹਾਊ ਮਨੀ ਬਲੈਕ ਹੋਲਸ ਦੇਰ ਆਰ ਇਨ ਸਪੇਸ? ਮਨਜੋਤ, ਤੁਸੀਂ ਕੀ ਕਰਦੇ ਹੋ? ਮੀ, ਆਮ ਅ ਮਰੀਨ ਬਾਇਓਲੋਜਿਸਟ। ਓਕੇ, ਕੀ ਸਵਾਲ ਹੈ ਤੁਹਾਡਾ? ਲਖਦੀਪ, ਕੈਨ ਯੂ ਟੈਲ ਮੀ ਅਬਾਊਟ ਕਿੰਨੇ ਬਲੈਕ ਹੋਲਸ ਨੇ ਸਪੇਸ ਵਿੱਚ? ਸਪੇਸ ਵਿੱਚ ਬਹੁਤ ਸਾਰੇ ਬਲੈਕ ਹੋਲਸ ਹਨ ਤੇ ਗੈਲੈਕਸੀ ਜਿਹੜੀਆਂ ਵਾ ਉਹ ਅਣਗਿਣਤ ਗਿਣਤ ਹੱਲੇ ਹੱਲੇ ਵੀ ਸਾਨੂੰ ਲੱਭ ਰਹੇ ਨੇ ਗੈਲੈਕਸੀ, ਇਸ ਲਈ ਆਪਾਂ ਹਾਲ ਦੀ ਘੜੀ ਬਲੈਕ ਹੋਲਸ ਕਾਊਂਟ ਨਹੀਂ ਕਰ ਸਕਦੇ। ਤੁਸੀਂ ਟਾਈਪਸ ਦੇ ਬਾਰੇ ਪੁੱਛ ਰਹੇ ਹੋ, ਬਲੈਕ ਹੋਲ ਦੋ ਤਰ੍ਹਾਂ ਦੇ ਹੁੰਦੇ ਆ, ਸਟੈਲਰ ਮਾਸ ਬਲੈਕ ਹੋਲ ਤੇ ਸੁਪਰ ਮੈਸਿਵ ਬਲੈਕ ਹੋਲ। ਤੇ ਆਪਾਂ ਇਹ ਇੱਕ ਥਿਊਰੀ ਹੈ ਕਿ ਆਪਾਂ ਬਲੈਕ ਹੋਲਸ ਨਹੀਂ ਕਾਊਂਟ ਕਰ ਸਕਦੇ, ਕਿਉਂਕਿ ਕਈ ਬਲੈਕ ਹੋਲਸ ਆਪਾਂ ਨੂੰ ਦੇਖਦੇ ਹੀ ਨਹੀਂ ਹੈ, ਕਿਉਂਕਿ ਬੈਕ ਤੇ ਰਾਈਟ ਦਾ ਆਪਾਂ ਕਾਊਂਟ ਹੀ ਨਹੀਂ ਆ, ਤੇ ਇਸ ਕਰਕੇ ਆਪਾਂ ਨਹੀਂ ਗਿਣ ਸਕਦੇ ਬਲੈਕ ਹੋਲਸ। ਮਨਜੋਤ ਜੀ, ਤੁਹਾਡਾ ਕੋਈ ਹੋਰ ਸਵਾਲ? ਹਾਂਜੀ, ਕੈਨ ਯੂ ਟੈਲ ਮੀ ਅਬਾਊਟ ਸੁਪਰਨੋਵਾ? Yes, when this star explodes, when its hydrogen fuel finishes, the star explodes. This is because when the hydrogen fuel is still in the star, the hydrogen breaks into helium and it goes on. But when the hydrogen fuel finishes, the star explodes and it causes an enormous explosion. And if a very little bit of stars ਕਿਹੜੀ ਲਾਈਟ ਦੀ? ਯੂਵੀ ਰੇਜ਼, ਗਾਮਾ ਰੇਜ਼। ਜੇ ਆਪਾਂ ਸਭ ਤੋਂ ਛੋਟੀ ਵੇਵਲੈਂਥ ਦੀ ਗੱਲ ਕਰਨ ਦਾ ਆ ਤਾਂ ਗਾਮਾ ਰੇਜ਼ ਦੀ ਆ। ਗਾਮਾ ਰੇਜ਼ ਦੀ ਜਿਹੜੀ ਵੇਵਲੈਂਥ ਆ 10 ਪਾਈਕੋਮੀਟਰ ਦੀ ਆ। ਤੇ ਜੇ ਆਪਾਂ ਸਭ ਤੋਂ ਲੰਬੀ ਵੇਵਲੈਂਥ ਦੀ ਗੱਲ ਕਰਨ ਦਾ ਆ, ਜੇ ਲਾਈਟ ਲਾਈਟ ਵਿੱਚ ਸਭ ਤੋਂ ਜ਼ਿਆਦਾ ਲੰਬੀ ਵੇਵਲੈਂਥ ਦੀ ਗੱਲ ਕਰਨ ਦਾ ਆ, ਉਹ ਵਾ ਆਪਣੀ ਰੈੱਡ ਵੇਵਲੈਂਥ। ਤੇ ਜੇ ਆਪਾਂ ਨੋਰਮਲੀ ਵੇਵਲੈਂਥ ਦੀ ਗੱਲ ਕਰਨ ਤੇ ਕਿਸੇ ਵੀ ਵੇਵਲੈਂਥ ਵਿੱਚੋਂ ਤਾਂ ਰੇਡੀਓ ਸਿਗਨਲ ਦੀ ਸਭ ਤੋਂ ਜ਼ਿਆਦਾ ਵੇਵਲੈਂਥ ਹੁੰਦੀ ਆ। ਤੇ ਕਿਉਂਕਿ ਲਾਈਟ ਦੀ ਵੇਵਲੈਂਥ ਬਹੁਤ ਜ਼ਿਆਦਾ ਹੁੰਦੀ ਆ, ਇਹ ਉਗਲੀਆਂ ਚੀਜ਼ਾਂ ਨੂੰ ਪੇਂਟ ਕਰਨ ਵਿੱਚ ਯੂਜ਼ ਕੀਤੇ ਜਾਂਦੇ ਹਨ, ਕੀਤਾ ਜਾਂਦਾ ਹੈ ਰੰਗ, ਜਿਹਨਾਂ ਤੇ ਆਪਾਂ ਦੀ ਅਟੈਂਸ਼ਨ ਛੇਤੀ ਜਾਣੀ ਚਾਹੀਦੀ ਆ। ਜਿੱਦਾਂ ਜਿਸੇ ਵੀ ਆਪਾਂ ਕੋਈ ਵੀ ਉਗਲੀ ਚੀਜ਼ ਜਿਹੜੀ ਖਤਰਨਾਕ ਆ, ਉੱਤੇ ਰੈੱਡ ਕਲਰ ਇਸੇ ਲਈ ਕੀਤਾ ਜਾਂਦਾ ਵਾ ਤਾਂ ਕਿ ਆਪਾਂ ਨੂੰ ਛੇਤੀ ਤੋਂ ਛੇਤੀ ਉਹ ਦਿਖ ਸਕੇ। ਟਾਵਰ ਤੇ ਵੀ ਰੈੱਡ ਲਾਈਟ ਇਸੇ ਕਰਕੇ ਲੱਗੀਆਂ ਹੁੰਦੀਆਂ, ਕਿਉਂਕਿ ਜਦੋਂ ਫੋਗ ਹੁੰਦੀ ਆ ਤਾਂ ਹੈਲੀਕਾਪਟਰ ਨੂੰ ਦੇਖਦਾ ਨਹੀਂ ਹੈ ਕਿ ਅੱਗੇ ਕੋਈ ਟਾਵਰ ਹੈਗਾ, ਤੇ ਉਹ ਰੈੱਡ ਲਾਈਟ ਨੂੰ ਹੀ ਦੇਖ ਜਾਂਦੇ ਆ, ਇਸ ਕਰਕੇ ਉਹ ਛੇਤੀ ਆਪਣਾ ਰਸਤਾ ਬਦਲ ਸਕਦੇ ਆ, ਤੇ ਇਸ ਕਰਕੇ ਰੈੱਡ ਲਾਈਟ ਦਾ ਯੂਜ਼ ਹੁੰਦੀ ਆ। ਮਨਜੋਤ ਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਆਪਣੇ ਸਵਾਲ ਪੁੱਛੇ। ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਣ, ਲੇਕਿਨ ਮੈਂ ਇੱਕ ਸਵਾਲ ਜ਼ਰੂਰ ਇੱਥੇ ਪੁੱਛਣਾ ਚਾਹੁੰਦਾ।
ਮੈਨੂੰ ਲਖਦੀਪ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਨੂੰ ਹੋਰ ਵੀ ਜਿਹੜੇ ਮੁਲਕ ਨੇ ਉਹਨਾਂ ਬਾਰੇ ਨੌਲੇਜ ਹੈਗੀ ਹੈ, ਤੇ ਕਿਹੜੇ ਕਿਹੜੇ ਮੁਲਕ ਬਾਰੇ ਤੁਹਾਨੂੰ ਨੌਲੇਜ ਹੈਗੀ ਔਰ ਕੀ ਖਾਸੀਅਤ ਹੈਗੀ ਹੈ ਮੁਲਕਾਂ ਦੀ? ਮੈਨੂੰ ਤੁਸੀਂ ਕਿਸੇ ਵੀ ਤੁਸੀਂ ਇੱਕ ਮੁਲਕ ਦੀ ਖਾਸੀਅਤ ਪੁੱਛ ਸਕਦੇ ਆ, ਜਿੱਦਾਂ ਜਰਮਨੀ ਲੈ ਲਓ। ਜਰਮਨੀ ਨੇ ਸਭ ਤੋਂ ਜ਼ਿਆਦਾ ਵਿੰਟਰ ਗੋਲਡ ਮੈਡਲ ਦਿੱਤੇ ਆ, ਉਹ ਵੀ 408 ਮੈਡਲਸ। ਹੋਰ ਆਪਾਂ ਗੱਲ ਕਰ ਲਈਏ ਕੋਲੰਬੀਆ ਦੀ, ਕੋਲੰਬੀਆ 'ਚ ਜਿਹੜਾ ਵਾ ਸਭ ਤੋਂ ਜ਼ਿਆਦਾ ਜਿਹੜਾ ਨਸ਼ਾ ਉਹ ਕੋਲੰਬੀਆ ਵਿੱਚ ਮਿਲਦਾ ਵਾ, ਜਿਹੜੀ ਬਹੁਤ ਘਟੀ ਗੱਲ ਆ। 500 ਟਨ ਪ੍ਰਤੀ ਸਾਲ ਇਹ ਇੰਨਾ ਉੱਥੇ ਨਸ਼ਾ ਵਿਕਦਾ ਵਾ। ਤੇ ਅਫਗਾਨਿਸਤਾਨ ਵਿੱਚ ਸਭ ਤੋਂ ਜ਼ਿਆਦਾ ਉਪਾਇਮ ਜਿਹੜਾ ਵਾ, ਇੱਕ ਪਲਾਂਟ ਦਾ ਨਾਮ, ਉਹ ਮਿਲਦਾ ਵਾ। ਤੇ ਉਹ ਜਿਹੜਾ ਪਲਾਂਟ ਆ ਉਹ ਹੀਰੋਇਨ 90% ਹੀਰੋਇਨ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਵਾ। ਤੇ ਅੱਗੇ ਆਪਾਂ ਗੱਲ ਕਰ ਲਈਏ ਗ੍ਰੀਸ ਦੀ, ਗ੍ਰੀਸ ਵਿੱਚ ਸਭ ਤੋਂ ਜ਼ਿਆਦਾ ਓਲਾਈਵ ਆਇਲ ਮਿਲਦਾ ਵਾ। ਤੇ ਬੋਟਸਵਾਨਾ ਦੀ ਗੱਲ ਕਰੀਏ ਤਾਂ ਉਹ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਡਾਇਮੰਡ ਜਿਹੜਾ ਉੱਥੇ ਮਿਲਦੇ ਆ। ਤੇ ਅਮਰੀਕਾ ਜਿਹੜਾ ਵਾ ਉੱਤੇ, ਜਿਹੜਾ ਆਪਾਂ ਟੀਪੀਐਸ ਯੂਜ਼ ਕਰਦੇ ਇੱਥੇ ਬਾਹਰਲੀ ਅਮਰੀਕਾ ਤੋਂ ਹੋਰ ਕੰਟਰੀ, ਉਹ ਜਿਹੜਾ ਉਹ ਫ੍ਰੀ ਆਫ ਕੋਸਟ ਯੂਜ਼ ਕਰਦੇ ਆ, ਪਰ ਸੈਟੇਲਾਈਟ ਤੇ ਇਹਦਾ ਬਹੁਤ ਖਰਚਾ ਆਉਂਦਾ ਵਾ। ਤੇ ਉਹ ਸੈਟੇਲਾਈਟ ਦਾ ਜਿਹੜਾ ਖਰਚਾ ਵਾ ਉਹਦਾ ਮੇਨ ਸੈਂਟਰ ਅਮਰੀਕਾ ਵਿੱਚ ਆ, ਤੇ ਉਹ ਸਾਰਾ ਜਿਹੜਾ ਖਰਚਾ ਵਾ ਅਮਰੀਕਾ ਦੀ ਪੋਪੂਲੇਸ਼ਨ ਕੋਲੋਂ ਟੈਕਸ ਕੋਲੋਂ ਲੈਂਦਾ। ਤੇ ਇਸ ਤਰ੍ਹਾਂ ਆਪਾਂ ਅਮਰੀਕਾ ਦੀ ਹੈਲਪ ਦੇ ਕਾਰਨ ਜੀਪੀਐਸ ਕਰ ਪਾਉਣ ਗਏ ਆ। ਤੇ ਹੋਰ ਵੀ ਕਈ ਕੰਟਰੀਜ਼ ਵਿੱਚ ਤੁਸੀਂ ਇਹਨੂੰ ਪੁੱਛ ਸਕਦੇ ਹੋ। ਮੇਰੇ ਦਿਮਾਗ 'ਚ ਹੁਣ ਕੰਟਰੀਆਂ ਵੀ ਨਹੀਂ ਯਾਦ ਆਉਂਦੀ। ਲਖਦੀਪ ਯੂ ਹੈਵ ਗੁੱਡ ਸੋ ਮੱਚ ਨੌਲੇਜ। ਓਕੇ, ਲੈਟ ਟੈਲ ਮੀ ਅਬਾਊਟ ਫਰਾਂਸ। ਫਰਾਂਸ ਦੁਨੀਆ ਦੀ ਸਭ ਤੋਂ ਜ਼ਿਆਦਾ ਵਿਜ਼ਿਟਡ ਪਲੇਸ ਹੈ, ਪਰ ਲੋਕਾਂ ਨੂੰ ਲੱਗਦਾ ਹੈ ਆਈਫਲ ਟਾਵਰ ਦੇ ਕਾਰਨ ਹੈ, ਪਰ ਹਜੇ ਕਿਸੇ ਨੂੰ ਪਤਾ ਨਹੀਂ। ਸਭ ਤੋਂ ਜ਼ਿਆਦਾ ਵਿਜ਼ਿਟਡ ਜਿਹੜੀ ਜਗ੍ਹਾ ਵਾ ਉਹ ਫਰਾਂਸ ਆ। ਓਕੇ, ਐਫ ਦੇ ਨਾਲ ਇੱਕ ਹੋਰ ਕੰਟਰੀ ਹੈ ਫਿਨਲੈਂਡ, ਉਹਦੇ ਬਾਰੇ ਪਤਾ? ਫਿਨਲੈਂਡ ਦੀ ਕੋਈ ਇੰਨੀ ਵੱਡੀ ਖਾਸੀਅਤ ਉਹਦੇ ਵਿੱਚ ਹਲੇ ਕੋਈ ਨਹੀਂ। ਹਾਂ, ਆਪਣੇ ਮੁਲਕ ਦੀ ਦੱਸ ਦਿਓ, ਇੰਡੀਆ ਦੀ। ਇੰਡੀਆ ਦੀ ਖਾਸੀਅਤ ਇਹ ਹੈ ਕਿ ਜਿਹੜੀ ਦੁਨੀਆ ਦੀ ਜਿੰਨੀ ਵੀ ਮੂਵੀਜ਼ ਆ, ਸਭ ਤੋਂ ਜ਼ਿਆਦਾ ਜਿਹੜਾ ਮੂਵੀਜ਼ ਜਿਹੜੀਆਂ ਬਣਦੀਆਂ ਇੰਡੀਆ ਵਿੱਚ ਹੀ ਬਣਦੀਆਂ। ਤੇ ਇੰਡੀਆ ਦੀ ਦੋ ਖਾਸੀਅਤ ਆ, ਸਭ ਤੋਂ ਜ਼ਿਆਦਾ ਜਿਹੜਾ ਡਿਫਰੈਂਟ ਵੈਰਾਈਟੀਜ਼ ਜਿਹੜੇ ਫੂਡ ਦੇ ਹੁੰਦੇ ਆ, ਫੂਡ ਦੀ ਵੈਰਾਈਟੀ ਇੰਡੀਆ ਵਿੱਚ ਹੀ ਮਿਲਦੀ ਹੈ। ਔਰ ਪੰਜਾਬ ਦੀ ਖਾਸੀਅਤ ਕੀ ਹੈ? ਪੰਜਾਬ ਦੀ ਖਾਸੀਅਤ ਸਿੱਖ ਧਰਮ ਜਿਹੜਾ ਵਾ ਉਹ ਪੰਜਾਬ ਦੀ ਸਭ ਤੋਂ ਵੱਡੀ ਖਾਸੀਅਤ ਆ। ਜਿਹੜੀ ਸਿੱਖੀ ਆ ਉਹਦੇ ਕਾਰਨ ਹੀ ਅੱਜ ਜਿਹੜੇ ਹਿੰਦੂ ਆ ਉਹ ਅੱਜ ਮਤਲਬ ਸੇਫ ਆ। ਜੇ ਸਿੱਖੀ ਜਿਹੜੀ ਆ ਉਹ ਸਭ ਤੋਂ ਮਤਲਬ ਚੰਗਾ ਧਰਮ ਮੰਨਿਆ ਜਾਂਦਾ ਹੈ। ਹੋਰ ਕੋਈ ਵੀ ਧਰਮ ਲੈ ਲਓ ਤੇ ਉਹਨਾਂ ਦੇ ਵਿੱਚ ਬਹੁਤ ਘੱਟ ਮਹਾਨ ਘੱਟ ਚੀਜ਼ਾਂ, ਪਰ ਆਪਣੀ ਜਿਹੜੀ ਸਿੱਖੀ ਹੈ ਨਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕੁਰਬਾਨੀਆਂ ਸਿੱਖ ਧਰਮ ਦਿੱਤੀਆਂ। ਬਿਲਕੁਲ, ਮੈਂ ਆਵਾਂਗਾ ਤੁਹਾਡੇ ਕੋਲ ਕਿੰਨੇ ਕਿੰਨੇ ਕੌਣ ਕੌਣ ਕੁਰਬਾਨ ਹੋਇਆ ਸਾਡੀ ਕੌਮ ਦੇ ਵਿੱਚ, ਔਰ ਗੁਰੂ ਸਾਹਿਬ ਜਿਹੜੇ ਸੀਗੇ ਉਹ ਕੀ ਕੁਝ ਸਾਨੂੰ ਦੱਸ ਗਏ ਸੀਗੇ। ਹੁਣ ਮੈਂ ਇਸ ਬਾਰੇ ਜ਼ਰੂਰ ਜਾਣਨਾ ਚਾਹਾਂਗਾ, ਅਤੇ ਜਿਹੜੇ ਦਰਸ਼ਕ ਨੇ ਉਹ ਵੀ ਤੁਹਾਡੇ ਤੋਂ ਕਈ ਸਾਰੇ ਸਵਾਲ ਜ਼ਰੂਰ ਲੈਣਗੇ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਸਵਾਲ, ਕੋਈ ਵੀ ਸਵਾਲ, ਕੋਈ ਵੀ ਦਰਸ਼ਕ ਮੈਨੂੰ ਕਾਲ ਕਰ ਸਕਦਾ ਹੁਣੇ ਹੇਠ ਲਿਖੇ ਨੰਬਰ ਦੇ ਉੱਤੇ। ਕੋਈ ਵੀ ਸਵਾਲ ਤੁਸੀਂ ਅਗਰ ਲਖਦੀਪ ਤੋਂ ਲੈਣਾ, ਐਂਡ ਡੈਫੀਨੇਟਲੀ ਹੀ ਵਿਲ ਟਰਾਈ ਟੂ ਗਿਵ ਆਨਸਰ ਔਨ ਯੋਰ ਕੁਸ਼ਚਨ, ਤੁਸੀਂ ਕਾਲ ਕਰੋ ਮੈਨੂੰ ਔਰ ਤੁਸੀਂ ਲਖਦੀਪ ਤੋਂ ਵੀ ਸਵਾਲ ਪੁੱਛ ਸਕਦੇ ਹੋ, ਔਰ ਆਪਣੇ ਪ੍ਰਤੀਕਰਮ ਵੀ ਤੁਸੀਂ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਅਤੇ ਲਖਦੀਪ ਸਾਡੇ ਨਾਲ ਜੁੜੇ ਹੋਏ ਹਨ, ਲੇਕਿਨ ਕਾਫੀ ਸਾਰੇ ਕਾਲਰਸ ਵੀ ਮੇਰੇ ਨਾਲ ਜੁੜ ਗਏ ਹਨ, ਅਤੇ ਅਸੀਂ ਆਪਣੇ ਕਾਲਰਾਂ ਨੂੰ ਵੀ ਦਰਖਾਸਤ ਕਰਾਂਗੇ ਤੁਸੀਂ ਕੋਈ ਵੀ ਸਵਾਲ ਸਪੇਸ ਤੋਂ ਰਿਲੇਟਡ, ਵਰਲਡ ਤੋਂ ਰਿਲੇਟਡ, ਸਿੱਖ ਇਤਿਹਾਸ ਦੇ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਏ ਮੈਨੂੰ ਕਾਲ ਕਰੋ, ਔਰ ਤੁਸੀਂ ਖੁਦ ਆਪ ਡਾਇਰੈਕਟ ਲਖਦੀਪ ਸਿੰਘ ਦੇ ਨਾਲ ਪੁੱਛ ਸਕਦੇ ਹੋ। ਮੇਰੇ ਨਾਲ ਕਾਫੀ ਸਾਰੇ ਕਾਲਰ ਜੁੜੇ ਹੋਏ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਰਿਸ਼ਪਾਲ ਬੋਲਦੀ ਹਾਂ ਹੂਸਟਨ ਤੋਂ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਸਾਰਾ ਪ੍ਰੋਗਰਾਮ ਬੱਚੇ ਦਾ ਸੁਣ ਰਹੀ ਸੀ ਜੀ। ਮੈਨੂੰ ਬੜਾ ਹੀ ਮਾਣ ਇਹਦੇ ਤੇ ਹੋਇਆ। ਹਾਂਜੀ, ਵੀ ਇਹੋ ਜਿਹੇ ਬੱਚੇ ਸਾਡੇ ਜੇ ਸਾਰੇ ਪੰਜਾਬ ਦੇ ਹੋ ਜਾਣ ਤਾਂ ਬਹੁਤ ਵਧੀਆ ਗੱਲ ਆ। ਮੈਂ ਐਕਸ ਟੀਚਰ ਹਾਂ, ਮੈਨੂੰ ਹਮੇਸ਼ਾ ਹੀ ਬੱਚਿਆਂ ਛੋਟਿਆਂ ਨੂੰ ਦੇਖ ਕੇ ਬੜਾ ਪਿਆਰ ਆਉਂਦਾ, ਵੀ ਮਾਣ ਜਿਹਾ ਲੱਗਣ ਲੱਗ ਜਾਂਦਾ ਵੀ ਕਿੰਨਾ ਸੋਹਣਾ। ਇਹਦੀ ਤਾਂ ਨੌਲੇਜ ਬਹੁਤ ਆ, ਜਿਵੇਂ ਕੰਪਿਊਟਰ ਦੇ ਵਿੱਚ ਫੀਡ ਕੀਤਾ ਹੁੰਦਾ। ਬਿਲਕੁਲ ਬਿਲਕੁਲ, ਮੈਂ ਚਾਹਾਂਗਾ ਤੁਹਾਡੇ ਕੋਈ ਸਵਾਲ ਹੋਏ ਆਪਣੇ ਸਿੱਖ ਧਰਮ ਨਾਲ ਸੰਬੰਧਿਤ ਜਾਂ ਕੋਈ ਵੀ ਸਵਾਲ ਹੋਏ ਤੁਸੀਂ ਲਖਦੀਪ ਨੂੰ ਪੁੱਛ ਸਕਦੇ ਹੋ। ਸਵਾਲ ਤਾਂ ਬਹੁਤ ਹੀ ਪੁੱਛ ਲਏ, ਤੁਸੀਂ ਵੀ ਪੁੱਛੀ ਜਾਂਦੇ ਹੋ। ਇੰਨੀ ਨੌਲੇਜ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਸਾਡੇ ਕੋਲ ਨਹੀਂ ਹੋਣੀ ਜਿੰਨੀ ਇਹਦੇ ਕੋਲ ਆ। ਬਿਲਕੁਲ ਬਿਲਕੁਲ ਬਿਲਕੁਲ, ਤੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਸਵਾਲ ਹੁਣ ਪੁੱਛ ਹੀ ਲਓ ਲਖਦੀਪ ਨੂੰ। ਅੱਛਾ ਜੀ, ਹਾਂ
हैगा कोई सवाल? हाँ जी बेटा लखदीप ਤੁਸੀਂ ਇਹ ਕਿੱਥੋਂ ਨੌਲੇਜ ਪ੍ਰਾਪਤ ਕੀਤੀ ਹੈ ਇੰਨੀ? ਤੁਹਾਨੂੰ ਕੌਣ ਸਿਖਾਉਂਦਾ? ਕਿੱਥੋਂ ਪੜ੍ਹਦੇ ਹੋ? ਇਹ ਮੈਨੂੰ ਮੇਰੇ ਮਾਤਾ ਪਿਤਾ ਨੇ ਦਿੱਤੀ, ਉਹ ਮੈਨੂੰ ਘਰੇ ਸਿਖਾਉਂਦੇ ਰਹੇ। मैं दर्शकों की जानकारी लिए दस देव कि जेडे लखदीप के फादर ने वो वैसे पेशे तो खुद भी टीचर ने स्कूल अच्छा दे विच, ते जो उन्होंने नॉलेज प्राप्त कराते हैं मैं उन्होंने भी लैके आऊँगा इस प्रोग्राम का अखीरले सैगमेंट के। पर मैं चाहवागा कोई भी सवाल सिक्खी नाल संबंधित तुहाडे होए तो तुसीं जरूर पुछो लखदीप नूं। अच्छा जी, हाँ कोई भी सवाल है तुहाडा ते जरूर पुछो। हैगा हाँ कोई सवाल? बेटा हाँ जी लखदीप, ਤੁਸੀਂ ਤੁਹਾਡੀ ਏਜ ਦੇ ਹੋਰ ਵੀ ਬੱਚੇ ਹੋਣਗੇ, ਉਹਨਾਂ ਨੂੰ ਵੀ ਆਪਣੇ ਨਾਲ ਲਗਾ ਕੇ ਇਸ ਤਰ੍ਹਾਂ ਬਣਾਓ। ਸਾਨੂੰ ਤਾਂ ਇਸ ਤਰ੍ਹਾਂ ਦੇ ਬੱਚਿਆਂ ਦੀ ਲੋੜ ਆ। ਬਿਲਕੁਲ 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 ਬਿਲਕੁਲ, ਮਿਹਰਬਾਨੀ ਤੁਹਾਡੀ। ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਕੋਈ ਵੀ ਸਵਾਲ ਲੈ ਸਕਦੇ ਹੋ, ਮੇਰੇ ਨਾਲ ਹੋਰ ਵੀ ਕਾਲਰ ਜੁੜੇ ਹੋਏ ਨੇ, ਉਹਨਾਂ ਦਾ ਸਵਾਲ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਥੋਂ ਬੋਲਦੇ? हाँ जी, तुसी जस पंजाबी कॉल किया, तुसी इस टाइम मुद्दा प्रोग्राम देख रहे हो, लखदीप नाल तुहाडी गल हो रही है, कोई सवाल लखदीप लई? हाँ जी, लखदीप मेरा पोता है। अच्छा जी, वेरी नाइस वेरी नाइस। तुसी कित्थों बोल रहे हो? अजी कनेडा जो बोल रहे हैं। केड़ी जगह तो? टोरंटो तो। चलो, साडा माण बहुत महसूस होया कि अज सानू उन्हां दी दादी जी नाल गल करन दा मौका मिल गया। और मैं तुहानू बहुत धन्नवाद करना चाहवांगा, खास तौर दे उत्ते तुहाडे बच्चों नूं अगे मैं जरूर धन्नवाद करना चाहवांगा कि तुसी बहुत वधिया नॉलेज जिहड़ी है वह लखदीप नूं दित्ती हुई है और सानू बहुत माण महसूस होंदा। लखदीप हुण दादी जी गल कर रहे ने तुहाडे, ते तुसी माता गुजरी बारे दस दो, कौन सीगे ओ? माता गुजरी श्री गुरु गोबिंद सिंह जी ते माता जी सन, ते ओह अपने जिहड़े चार साहिबजादे आ उहनां दे दादी लगदे सन। गुरु तेग बहादुर जी दे जिहड़े पत्नी सीगे ओह माता गुजरी जी सी। माता गुजरी जी 1600 आनंदपुर साहिब विखे लड़ाई चल रही, माता गुजरी जी श्री गोबिंद सिंह जी ने मनी सिंह नूं ए आग्या दे के उन्होंने दिल्ली भेज दिता सी। लखदीप मेरे नाल होर भी कॉलरस ने, उन्हां दे भी आपां कॉल लै लईए। सति श्री अकाल जी, तुसीं ऑन एयर हो, कौन बोल रहे हो, कित्थों बोल रहे हो? हांजी, मेरा नाम सिमरनजीत सिंह है। हांजी सिमरनजीत सिंह जी, की सवाल है तुहाडा? हाँ जी, मैं लखदीप तो पूछना चाह रहा यूरोप के बारे। हाँ जी लखदीप, चाहते हो यूरोप के बारे? हाँ जी, ते लखदीप कैन यू टेल मी मोर अबाउट नाजी जर्मनी? जर्मनी जर्मनी दी कैप, तुसी जर्मनी बारे तो अंदर सवाल पूछ रहे ने? जर्मनी दे बारे की पूछ रहे ने? जर्मनी जर्मनी दी खासियत दसो की है? ਜਰਮਨੀ ਦੀ ਖਾਸੀਅਤ ਮੈਂ ਦੱਸੀ ਸੀ, ਉਹਨਾਂ ਨੇ ਸਭ ਤੋਂ ਜ਼ਿਆਦਾ ਵਿੰਟਰ 올림픽 ਗੋਲਡ ਮੈਡਲ ਜਿੱਤੇ ਸੀ, 408 ਗੋਲਡ ਮੈਡਲ। ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦਰਖਾਸਤ ਕਰਾਂਗਾ, ਜੇਕਰ ਤੁਸੀਂ ਕਿਸੇ ਵੀ ਕੰਟਰੀ ਦੀ ਕੈਪੀਟਲ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਉਹ ਵੀ ਲਖਦੀਪ ਨੂੰ ਪੁੱਛ ਸਕਦੇ ਹੋ, ਖਾਸ ਤੌਰ ਦੇ ਉੱਤੇ ਯੂਰਪ ਦੀ ਕਿਸੇ ਵੀ ਕੰਟਰੀ ਦੀ ਜੇਕਰ ਤੁਸੀਂ ਕੈਪੀਟਲ ਪੁੱਛਣਾ ਚਾਹੁੰਦੇ ਹੋ, ਤੇ ਮੈਂ ਸਿਮਰਨਜੀਤ ਜੀ ਤੁਹਾਨੂੰ ਵੀ ਕਹਾਂਗਾ ਕਿ ਤੁਸੀਂ ਵੀ ਪੁੱਛ ਸਕਦੇ ਹੋ। ਹਾਂਜੀ, ਤੁਹਾਨੂੰ ਪਤਾ ਫਿਨਲੈਂਡ ਦਾ ਕੀ ਕੈਪੀਟਲ ਹੈਗਾ? ਇੰਗਲੈਂਡ ਦਾ? ਫਿਨਲੈਂਡ ਦਾ? ਲੰਡਨ। ਫਿਨਲੈਂਡ ਉਹ ਹੈਲਸਿੰਕੀ। ਸਿਮਰਨਜੀਤ ਜੀ, ਕੋਈ ਹੋਰ ਕੈਪੀਟਲ ਬਾਰੇ ਪੁੱਛਣਾ ਤੁਸੀਂ ਕਿਸੇ ਹੋਰ ਕੰਟਰੀ ਦੀ? ਹਾਂਜੀ, ਇਟਲੀ ਦਾ ਕੀ ਕੈਪੀਟਲ ਹੈਗਾ? ਇਟਲੀ ਦਾ ਰੋਮ। ਓਕੇ ਜੀ, ਹੋਰ ਕੋਈ ਸਵਾਲ ਸਿਮਰਨਜੀਤ? ਹੋਰ ਠੀਕ ਹੈਗਾ। ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ। ਮੈਂ ਆਪਣੇ ਦਰਸ਼ਕਾਂ ਨੂੰ ਵੀ ਦਰਖਾਸਤ ਕਰਾਂਗਾ ਕਿ ਤੁਸੀਂ ਕਾਲ ਕਰ ਸਕਦੇ ਹੋ, ਮੇਰੇ ਨਾਲ ਹੋਰ ਵੀ ਕਾਲਰ ਜੁੜੇ ਹੋਏ ਉਹਨਾਂ ਦਾ ਵੀ ਆਪਾਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। मैं माफ़ी चाहवागा, मैं अपने दर्शकों को इतने दरख्वास्त करना चाहवागा कि कोई भी सवाल, मैं लाइन ओपन रखी हुई है, तुसी हुणे ही कॉल कर सकते हो और कोई भी सवाल थोड़े जहन दे विच हैगा है लखदीप दे लई तो तुसी जरूर लै सकते हो। मकसद यह हैगा अज इस मंच दे उत्ते तुहानू दसण दा जां तुहानू दर्शाउण दा कि असी लखदीप सिंह वर्गे कई सारे विद्यार्थी असी उन्हानू होंद दे विच लिया सकते हैं, उन्हानू असी एजुकेशन दी जिहड़ी सब तो अहम गल हैगी है वह सिखलाई असी दे सकते हैं। तो सानू बहुत माण महसूस होंदा कि जद लखदीप सानू हर उस क्वेश्चन का आंसर जिहड़ा हैगा वह दे रहा है। सति श्री अकाल जी, तुसी ऑन एयर हो, कौन बोल रहे हो, कित्थों बोल रहे हो? सति श्री अकाल जी, शमशेर रंधावा बोलदा मलवाती तों। हाँ जी शमशेर जी, मेरा लखदीप नूं इक सवाल आ कि इहदी मोटिवेशन ते इंटैलीजेंस पिछे सब तो वध योगदान किसदा? थैंक यू।
ਲਖਦੀਪ ਮੇਰੇ ਮੋਟੀਵੇਸ਼ਨ ਤੇ ਮੇਰੇ ਇਸ ਨੌਲੇਜ ਵਿੱਚ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ-ਪਿਤਾ ਦਾ ਹੀ ਹੈ। ਬਿਲਕੁਲ ਮਿਹਰਬਾਨੀ ਲਖਦੀਪ, ਤੁਸੀਂ ਸਾਡੇ ਨਾਲ ਬਣੇ ਰਹੋ। ਮੈਂ ਇੱਕ ਬ੍ਰੇਕ ਲਈ ਜਾ ਰਿਹਾ ਔਰ ਬ੍ਰੇਕ ਤੋਂ ਬਾਅਦ ਜਦ ਮੈਂ ਵਾਪਸ ਆਵਾਂਗਾ ਤੇ ਮੈਂ ਜ਼ਰੂਰ ਤੁਹਾਡੇ ਤੋਂ ਹੋਰ ਵੀ ਸਵਾਲ ਪੁੱਛਾਂਗਾ। ਨਾਲੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਰਖਵਾਸ ਕਰ ਰਿਹਾ, ਯੂ ਕੈਨ ਕਾਲ ਅਸ ਰਾਈਟ ਨਾਓ ਐਂਡ ਯੂ ਕੈਨ ਆਸਕ ਐਨੀ ਕੁਐਸਚਨ ਟੂ ਲਖਦੀਪ। ਕੋਈ ਵੀ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੈ ਲਖਦੀਪ ਤੋਂ ਪੁੱਛ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ, ਕਾਫੀ ਸਾਰੇ ਕਾਲਰਸ ਮੇਰੇ ਨਾਲ ਜੁੜੇ ਹੋਏ ਹਨ, ਮੈਂ ਸਮਾਂ ਨਾ ਲੈਂਦਾ ਹੈ ਉਹਨਾਂ ਦੀ ਕਾਲਸ ਲੈਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਸਵਾਲ ਹੈ ਤੁਹਾਡਾ ਲਖਦੀਪ ਤੋਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਰਕਿਰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੈਂ ਇਸ਼ਪ੍ਰੀਤ ਸਿੰਘ ਗਿੱਲ ਬੋਲ ਰਿਹਾ ਹਾਂ ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ ਇਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਅੱਜ ਦਾ ਜੋ ਤੁਹਾਡਾ ਮੁੱਦਾ ਆ ਉਹ ਦੇਖ ਕੇ ਬੜੀ ਖੁਸ਼ੀ ਹੋਈ ਆ। ਜਿੱਦਾਂ ਤੁਸੀਂ ਲਖਦੀਪ ਸਿੰਘ ਵਰਗੇ ਬੱਚੇ ਜਵਾਕ ਅੱਜ ਕੱਲ ਦੇ ਜੋ ਹੈਗੇ ਆ ਉਹਨਾਂ ਦਾ ਤੁਸੀਂ ਅੱਜ ਦਾ ਮੁੱਦਾ ਜੋ ਲੈ ਕੇ ਆਏ ਆ, ਵੈਸੇ ਤਾਂ ਆਪਾਂ ਦੇਖਦੇ ਆ ਬੜੇ ਮੁੱਦੇ ਲੈ ਕੇ ਆਉਂਦੇ ਆ ਤੁਸੀਂ ਤੇ ਰਿਆੜ ਸਾਹਿਬ, ਤੇ ਅਲੱਗ ਅਲੱਗ ਮਸਲਿਆਂ ਤੇ ਹੁੰਦੇ, ਪਰ ਇਹੋ ਜਿਹਾ ਮੁੱਦਾ ਵੀ ਇਹੋ ਜਿਹੇ ਬੱਚਿਆਂ ਨੂੰ ਮੋਟੀਵੇਟ ਕਰਨਾ ਵੀ ਬਹੁਤ ਜ਼ਰੂਰੀ ਆ। ਸਾਡੀ ਨਹੀਂ ਸਾਡੀ ਨਵੀਂ ਪੀੜ੍ਹੀ ਆਏ। ਜੀ ਜੀ ਜੀ, ਕੋਈ ਸਵਾਲ ਤੁਹਾਡਾ ਇਸ਼ਮੀਤ ਜੀ? ਹਾਂਜੀ ਜ਼ਰੂਰ ਜ਼ਰੂਰ ਜ਼ਰੂਰ, ਮੈਂ ਲਖਦੀਪ ਸਿੰਘ ਕੋਲੋਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਕਿ ਲਖਦੀਪ ਸਿੰਘ ਬੱਚੇ, ਤੁਸੀਂ ਵਾਹਿਗੁਰੂ ਬਾਰੇ ਕੀ ਸੋਚਦੇ ਹੋ? ਮਤਲਬ ਵਾਹਿਗੁਰੂ ਕੌਣ ਆ, ਕਿੱਥੇ ਐਗਜ਼ਿਸਟ ਕਰਦੇ ਆ, ਗੁਰੂ ਸਾਹਿਬ ਦੇ ਹਿਸਾਬ ਨਾਲ ਵਾਹਿਗੁਰੂ ਕੌਣ ਆ? ਗੁਰੂ ਸਾਹਿਬ ਦੇ ਹਿਸਾਬ ਨਾਲ ਵਾਹਿਗੁਰੂ ਹਰ ਕਣ ਕਣ ਵਿੱਚ ਵਸਦੇ ਹਨ, ਉਹ ਹਰ ਬੰਦੇ ਵਿੱਚ ਵਸਦੇ ਹਨ, ਆਪਣੇ ਆਪ ਦੇ ਅੰਦਰ ਵੀ ਬੱਚੇ ਵਸਦੇ ਸਨ, ਬਸ ਉਹਨਾਂ ਨੂੰ ਲੱਭਣ ਦੀ ਲੋੜ ਹੈ। ਜਿਹੜਾ ਬੰਦਾ ਸੱਚੀ ਭਗਤੀ ਕਰਕੇ ਉਹਨਾਂ ਨੂੰ ਲੱਭ ਲੈਂਦਾ ਹੈ ਆਪਣੇ ਅੰਦਰ ਜਾਂ ਫਿਰ ਕਿਸੇ ਹੋਰ ਦੇ ਵਿੱਚ ਵੀ ਲੱਭ ਸਕਦਾ ਹੈ, ਉਹਨਾਂ ਨੂੰ ਤਾਂ ਲੱਭ ਜਾਂਦੇ ਆ, ਪਰ ਜਿਹੜੇ ਗੁਰਦੁਆਰਿਆਂ ਮੰਦਰਾਂ ਜਾਂ ਫਿਰ ਕਹਿੰਦੇ ਨੇ ਸਵਰਗਾਂ ਵਿੱਚ ਲੱਭਦੇ, ਉਹਨਾਂ ਨੂੰ ਕਦੇ ਨਹੀਂ ਲੱਭ ਸਕਦੇ। ਇਸ਼ਮੀ ਜੀ, ਕੋਈ ਹੋਰ ਸਵਾਲ ਤੁਹਾਡਾ? ਹਾਂਜੀ ਜ਼ਰੂਰ ਜ਼ਰੂਰ ਜ਼ਰੂਰ, ਬਹੁਤ ਚੰਗਾ ਜਵਾਬ ਦਿੱਤਾ ਹੈ ਜੀ, ਬੱਚੇ ਨੇ ਬੜੀ ਖੁਸ਼ ਹੋਈ, ਰੂਹ ਖੁਸ਼ ਹੋਈ ਸੁਣ ਕੇ। ਹਾਂਜੀ ਮੈਂ ਜੀ ਇੱਕ ਮਤਲਬ ਰੈਂਡਮ ਪੁੱਛਦਾ ਥੋੜਾ ਜਿਹਾ ਇਹਨਾਂ ਜੀ ਲਖਦੀਪ ਸਿੰਘ ਕੋਲੋਂ। ਹਾਂਜੀ, ਕੀ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਕੀ ਨਾਂ ਸੀਗਾ? ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਂ, ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਂ ਸ੍ਰੀ ਹਰੀਦਾਸ ਜੀ ਸੀ, ਤੇ ਉਹਨਾਂ ਦੇ ਮਾਤਾ ਜੀ ਦਾ ਨਾਂ ਮਾਤਾ ਦਇਆ ਕੌਰ। ਹਾਂਜੀ ਇਸ਼ਮੀ ਜੀ, ਕੋਈ ਹੋਰ ਸਵਾਲ ਜੀ? ਜਿੱਦਾਂ ਆ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਜੰਗਾਂ ਲੜੀਆਂ ਸੀਗੀਆਂ? ਗੁਰੂ ਗੋਬਿੰਦ ਸਿੰਘ ਜੀ ਨੇ 13 ਜੰਗਾਂ ਲੜੀਆਂ ਸਨ। ਤੇ ਕਿਹੜੀ ਕਿਹੜੀਆਂ ਸੀ? ਮਾਫ ਕਰਨਾ ਮੈਨੂੰ ਇਹ ਜਾਣਕਾਰੀ ਨਹੀਂ, ਜੰਗਾਂ ਬਾਰੇ ਜਾਣਕਾਰੀ ਨਹੀਂ। ਸ਼ਮੀਤ ਜੀ, ਕੋਈ ਹੋਰ ਸਵਾਲ ਜੀ? ਆਪ ਜੀ ਗੁਰੂ ਗ੍ਰੰਥ ਸਾਹਿਬ ਬਾਰੇ ਦੱਸੋ, ਹਾਜ਼ਰ ਨਾਜ਼ਰ ਗੁਰੂ ਨੇ ਤੇ ਉਹਨਾਂ ਦੇ ਸਾਨੂੰ ਜਾਣਕਾਰੀ ਪੂਰੀ ਪੂਰੀ ਦਿਓ। ਜਿੱਦਾਂ ਬੇਟਾ ਕਿੰਨੇ ਅੰਗ ਹੁੰਦੇ ਆ ਤੇ ਕਿੰਨੇ ਰਾਗ ਹੈਗੇ ਆ, ਰਾਗ ਬਾਰੇ ਵੀ ਜਾਣਦੇ ਆ ਤੁਸੀਂ, ਉਹ ਦੱਸੋ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1430 ਅੰਗ ਹਨ, ਤੇ ਇਹਨਾਂ ਵਿੱਚ 6 ਗੁਰੂਆਂ, 15 ਭਗਤਾਂ, 11 ਭੱਟਾਂ ਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ, ਤੇ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ ਤੇ 19 ਰਾਗ ਇਸ ਵਿੱਚ ਦਰਜ ਹਨ, ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਤੇ 63 ਸ਼ਬਦ ਇਸ ਵਿੱਚ ਦਰਜ ਹਨ, ਤੇ ਸ੍ਰੀ ਗੁਰੂ ਅਮਰਦਾਸ ਜੀ ਦੇ 639 ਸ਼ਬਦ ਤੇ ਹੋਰ ਵੀ ਰਾਗ ਇਸ ਵਿੱਚ ਦਰਜ ਹਨ, ਤੇ ਹੋਰ ਵੀ ਕਈ ਗੁਰੂਆਂ ਦੇ ਇਸ ਵਿੱਚ ਰਾਗ ਤੇ ਸ਼ਬਦ। ਇਸ਼ਮੀ ਜੀ, ਕੋਈ ਹੋਰ ਸਵਾਲ? ਆਖਰੀ ਸਵਾਲ ਮੇਰੇ ਜੋ ਆ ਰਿਹਾ ਦਿਮਾਗ ਤੇ ਉਹ ਇਹ ਹੈ ਕਿ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ, ਮਾਫ ਕਰਨਾ ਪਰ ਮੈਨੂੰ ਸ਼ਾਇਦ ਲੱਗਦਾ ਸ਼ਾਇਦ ਸ੍ਰੀ ਗੁਰੂ ਅਰਜਨ ਦੇਵ ਜੀ, ਪਰ ਮੈਨੂੰ ਪੂਰਾ ਸ਼ੋਰ ਨਹੀਂ। ਇਸ਼ਮੀ ਜੀ, ਜੀ ਬੜੀ ਖੁਸ਼ੀ ਹੋਈ ਜੀ ਸੁਣ ਕੇ, ਬੱਚਾ ਬਹੁਤ ਮੋਟੀਵੇਟਡ ਆ, ਸਿੱਖੀ ਵਾਲੀ ਬਹੁਤ ਨੌਲੇਜ ਰੱਖਦਾ ਹੈ, ਸਾਰੇ ਬੱਚਿਆਂ ਨੂੰ ਜਿੰਨਾ ਅੱਜ ਕੱਲ ਆਪਾਂ ਸੁਣਦੇ ਨੀ ਗੁਰਦੁਆਰੇ ਸਾਹਿਬ। ਬਿਲਕੁਲ ਬਿਲਕੁਲ ਇਸ਼ਮੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਮੈਂ ਮਾਫੀ ਚਾਹਾਂਗਾ, ਮੇਰੇ ਨਾਲ ਕਾਫੀ ਸਾਰੇ ਕਾਲਰਸ ਨੇ, ਮੈਂ ਉਹਨਾਂ ਦਾ ਵੀ ਸਵਾਲ ਲੈਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣਾ ਸਵਾਲ ਰੱਖ ਸਕਦੇ ਹੋ।
हेलो 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 हाँ जी सत श्री अकाल जी हाँ जी मेरा नाम मनिंदर है ते असीं बेलरोज़ तों गल कर रहे हैं। हाँ जी मनिंदर जी की सवाल तुहाडा? हाँ जी मैं लखदीप नूं इह पुछना आया कि चल सिक्खी बारे तैनूं बहुत नॉलेज आ बट जिद्दां इंडिया दे विच न्याणे यूथ टीनेजर्स इवन हुंदा ਗਾਣੇ ਗੁਣੇ ਬਹੁਤ ਸੁਣਦੇ ਆ ਜਿੱਦਾਂ ਇਹ ਸਿੱਧੂ ਮੂਸੇ ਵਾਲੇ ਨੂੰ ਸੁਣਦੇ ਆ ਗਾਣੇ ਗੁਣੇ ਉਹਦੇ ਕੋਈ ਪ੍ਰਭਾਵ ਤੇ ਜਾਂ ਕੁਛ ਇਹੀ ਮੇਰਾ ਸਵਾਲ ਆ। ਨਹੀਂ ਜੀ ਮੈਂ ਕੋਈ ਗਾਣੇ ਨਹੀਂ ਗਾਣੇ ਦੇ ਸ਼ੌਕ ਨਹੀਂ ਪਸੰਦ ਨਹੀਂ ਆ ਗਾਣੇ ਮੈਨੂੰ ਨੌਲੇਜ ਗੇਨ ਕਰਨਾ ਮੇਰੀ ਹੌਬੀ ਆ ਗਾਣੇ ਸੁਣਨਾ ਮੈਨੂੰ ਚੰਗਾ ਨਹੀਂ ਲੱਗਦਾ ਜੀ ਗਾਣਾ ਸੁਣਨਾ ਪਸੰਦ ਨਹੀਂ ਲਖਦੀਪ ਨੂੰ। ਮਿਹਰਬਾਨੀ ਤੁਹਾਡੀ ਮੇਰੇ ਨਾਲ ਹੋਰ ਵੀ ਕਾਲਰਸ ਨੇ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਕੋਈ ਸਵਾਲ ਪੁੱਛੋ ਜੀ ਤੁਸੀਂ। ਹਾਂਜੀ ਮੇਰਾ ਸਵਾਲ ਇਹ ਆ ਆਪਣੇ ਜਿਹੜਾ ਹੁੰਦੀ ਆਪਣੇ ਜਨੇਵਾ ਕਾਨਫਰੰਸ ਹੁੰਦੀ G20 ਇਹ ਕਿਹੜਾ ਸ਼ਹਿਰ ਆ ਜਨੇਵਾ? ਇਸ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ। ਕੋਈ ਹੋਰ ਸਵਾਲ? ਹੋਰ ਸਵਾਲ ਹੈਗਾ ਜੀ ਆਪਣੇ ਧਾਰਮਿਕ ਹੈਗਾ ਆ ਹਾਂਜੀ ਅੱਠਵੇਂ ਪਾਤਸ਼ਾਹ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਕੀ ਰਿਸ਼ਤਾ ਸੀ ਆਪ ਚ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਗੁਰੂ ਹਰਗੋਬਿੰਦ ਜੀ ਦਾਦਾ ਜੀ ਲੱਗਦੇ ਸਨ ਪਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬਸ ਜੀ ਸ੍ਰੀ ਗੁਰੂ ਜਿਹੜੇ ਸ੍ਰੀ ਗੁਰੂ ਹਰ ਰਾਏ ਜੀ ਸੀ ਉਹ ਲੱਗਦੇ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜਿਹੜੇ ਪੋਤੇ ਲੱਗਦੇ ਸੀ ਉਹਨਾਂ ਹਰਗੋਬਿੰਦ ਦੇ ਦੋ ਤਿੰਨ ਲੜਕੇ ਸੀ ਤੇ ਉਹਨਾਂ ਵਿੱਚੋਂ ਜਿਹੜੇ ਦੋ ਸੀ ਉਹਨਾਂ ਵਿੱਚੋਂ ਇੱਕ ਦਾ ਮੁੰਡਾ ਸੀ ਸ੍ਰੀ ਗੁਰੂ ਹਰ ਰਾਏ ਜੀ ਪਰ ਮੈਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬਾਰੇ ਨਹੀਂ ਪਤਾ। ਠੀਕ ਹੈ ਲਖਦੀਪ ਨੋ ਵਰੀਸ ਕੋਈ ਹੋਰ ਸਵਾਲ ਤੁਹਾਡਾ? ਹੋਰ ਜੀ ਬਸ ਠੀਕ ਹੈ ਥੈਂਕ ਯੂ ਮਿਹਰਬਾਨੀ ਤੁਹਾਡੀ। ਲਖਦੀਪ ਮੇਰੇ ਕੋਲ ਸਮਾਂ ਨਹੀਂ ਹੈਗਾ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਵਾਚ ਕੀਤਾ ਐਂਡ ਵਟ ਯੂ ਵਾਂਟ ਟੂ ਬੀ ਇਨ ਫਿਊਚਰ ਐਂਡ ਜਿਹੜੇ ਵਿਦਿਆਰਥੀ ਤੁਹਾਨੂੰ ਇਸ ਟਾਈਮ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਾਰੇ ਵਿਦਿਆਰਥੀਆਂ ਨੂੰ ਆਹੀ ਕਹਿਣਾ ਚਾਹੁੰਦਾ ਵਾ ਕਿ ਉਹ ਆਪਣੇ ਸਿੱਖ ਇਤਿਹਾਸ ਨੂੰ ਨਾ ਭੁੱਲਣ ਭਾਵੇਂ ਉਹ ਜਿੰਨਾ ਮਰਜ਼ੀ ਹੋਰ ਬਾਰੇ ਜਾਣ ਲੈਣ ਜਾਂ ਫਿਰ ਕਿਤੇ ਵੀ ਕੈਨੇਡਾ ਅਮੈਰੀਕਾ ਚਲੇ ਜਾਣ ਜਿੰਨੀ ਮਰਜ਼ੀ ਚੰਗੀ ਪੜ੍ਹਾਈ ਕਰਦੇ ਪਰ ਆਪਣੇ ਸਿੱਖ ਇਤਿਹਾਸ ਨੂੰ ਭੁੱਲਣਾ ਆਪਣੇ ਪਿਛੋਕੜ ਨੂੰ ਨਾ ਭੁੱਲਿਓ ਤੇ ਆਪਣਾ ਜਿਹੜਾ ਫ੍ਰੀ ਟਾਈਮ ਆ ਉਹਨੂੰ ਤੁਸੀਂ ਚੰਗੇ ਕੰਮ ਵਿੱਚ ਯੂਜ਼ ਕਰੋ ਤੇ ਨਾ ਕਿ ਵੇਸਟ ਕਰਨ ਲਈ। ਜੇ ਤੁਸੀਂ ਹਰ ਦਿਨ 2 ਘੰਟੇ ਬਚਾਓਗੇ ਤਾਂ ਤੁਹਾਡੇ ਕੋਲ ਸਾਲ ਵਿੱਚ 1 ਮਹੀਨਾ ਬਚ ਜਾਂਦਾ ਹੈ ਪੂਰਾ ਤੇ ਇਸ ਤਰ੍ਹਾਂ ਤੁਸੀਂ 1 ਮਹੀਨੇ ਚ ਆਪਣੇ ਬਾਕੀ ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਉਹਨਾਂ ਤੋਂ ਅੱਗੇ ਲੰਘ ਸਕਦੇ ਹੋ ਤੇ ਉਹਨਾਂ ਤੋਂ ਚੰਗਾ ਪਰਫਾਰਮ ਕਰ ਸਕਦੇ ਹੋ ਸਾਰੇ ਦੇ ਸਾਹਮਣੇ। ਜੇ ਤੁਸੀਂ ਇੰਜ ਕਰੋਗੇ ਤਾਂ ਜਿੱਥੇ ਅੱਜ ਮੈਂ ਹਾਂ ਉੱਥੇ ਕੱਲ ਨੂੰ ਤੁਸੀਂ ਵੀ ਹੋ ਸਕਦੇ ਹੋ ਤੇ ਮੈਂ ਵੱਡੇ ਹੋ ਕੇ IAS ਆਫਿਸਰ ਬਣਨਾ ਚਾਹੁੰਦਾ ਹਾਂ ਜਿਹੜੀ ਫਾਰਮ ਹੈ ਇੰਡੀਅਨ ਐਡਮਿਨਿਸਟ੍ਰੇਟਿਵ ਆਫਿਸਰ ਤੇ ਮੈਂ ਇਹ ਜ਼ਿਲ੍ਹੇ ਦੇ ਸਾਰੇ ਮਤਲਬ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਕਰਦਾ ਹੈ ਤੇ ਮੈਂ ਆਪਣੇ ਜ਼ਿਲ੍ਹੇ ਨੂੰ ਚੰਗੇ ਤੋਂ ਚੰਗਾ ਮਤਲਬ ਸੁਧਾਰਨਾ ਚਾਹੁੰਦਾ ਹਾਂ ਉਸਨੂੰ ਇੱਕਦਮ ਵਧੀਆ ਉਹਦੇ ਵਿੱਚ ਸੁਧਾਰਨਾ। ਕੀ ਕਿਹੜਾ ਜ਼ਿਲ੍ਹਾ ਤੁਹਾਡਾ? ਜਲੰਧਰ ਹੈ। ਠੀਕ ਹੈ ਬਿਲਕੁਲ ਤੇ ਲਖਦੀਪ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਹੁਣ ਮੈਨੂੰ ਲੱਗਦਾ ਤੁਸੀਂ ਸਕੂਲ ਵੀ ਜਾਣਾ ਹੋਣਾ ਤੁਸੀਂ ਤਿਆਰ ਹੋ ਸਕੂਲ ਦੇ ਲਈ ਐਂਡ ਥੈਂਕ ਯੂ ਵੈਰੀ ਮੱਚ ਲਖਦੀਪ। ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਦਰਖਾਸਤ ਕਰਨਾ ਚਾਹਾਂਗਾ ਕਿ ਸਾਡਾ ਮਕਸਦ ਅੱਜ ਇਸ ਪ੍ਰੋਗਰਾਮ ਨੂੰ ਲਿਆਉਣ ਦਾ ਸੀਗਾ ਲਖਦੀਪ ਨੂੰ ਲਿਆਉਣ ਦਾ ਸੀਗਾ ਕਿ ਸਾਡੇ ਕੋਲ ਲਖਦੀਪ ਸਿੰਘ ਵਰਗੇ ਬੱਚੇ ਹੋਰ ਵੀ ਹਨ ਸਿਰਫ ਲਖਦੀਪ ਸਿੰਘ ਹੀ ਨਹੀਂ ਐਵੇਂ ਸਾਨੂੰ ਹਜ਼ਾਰਾਂ ਦੇ ਵਿੱਚ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਉਹ ਪੰਜਾਬ ਦੇ ਵਿੱਚ ਮਿਲ ਜਾਣਗੇ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ ਉਹਨਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ ਔਰ ਉਹਨਾਂ ਦਾ ਫਿਊਚਰ ਸਿਕਿਓਰ ਕਰਨ ਦੀ ਲੋੜ ਹੈ। ਜੇਕਰ ਅਸੀਂ ਇਹ ਫਿਊਚਰ ਸਿਕਿਓਰ ਕਰ ਲਿਆ ਤਾਂ ਅੱਜ ਜਿਵੇਂ ਦੂਜੇ ਪਾਸੇ ਹੋਰ ਕਮਿਊਨਿਟੀਜ਼ ਵੀ ਅੱਗੇ ਵਧ ਰਹੀਆਂ ਹਨ ਤਾਂ ਸਾਨੂੰ ਲੱਗਦਾ ਕਿ ਸਾਡੀ ਕੌਮ ਵੀ ਉਸ ਦਿਸ਼ਾ ਦੇ ਵੱਲ ਤੁਰ ਸਕਦੀ ਹੈ ਔਰ ਇਹ ਕਾਮਯਾਬ ਵੀ ਹੋ ਸਕਦੀ ਹੈ ਲੇਕਿਨ ਸਾਨੂੰ ਲੋੜ ਹੈਗੀ ਆ ਉਹਨਾਂ ਨੂੰ ਲੱਭਣ ਦੀ। ਜੇਕਰ ਇਸ ਪ੍ਰੋਗਰਾਮ ਨੂੰ ਲੈ ਕੇ ਕੋਈ ਵੀ ਗਲਤੀ ਸਾਡੇ ਤੋਂ ਹੋ ਗਈ ਅਸੀਂ ਜ਼ਰੂਰ ਮਾਫ਼ੀ ਵੀ ਚਾਹਾਂਗੇ। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਆਪਣੇ ਸੁਝਾਅ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ info@justbroadcasting.com ਹਰਕੀਰਤ@justbroadcasting.com ਦੇ ਉੱਤੇ
ਲਖਦੀਪ ਅੱਜ 7ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਨਾਲ ਹੀ ਮੈਨੂੰ ਕਾਫੀ ਸਾਰੀ ਜਿਹੜੇ ਫੋਨ ਕਾਲਸ ਮੇਰੇ ਪਰਸਨਲ ਨੰਬਰ 'ਤੇ ਵੀ ਈਮੇਲਸ ਮੈਨੂੰ ਆਈਆਂ ਕਿ ਲਖਦੀਪ ਦੀ ਅੱਗੇ ਦੀ ਪੜ੍ਹਾਈ ਦਾ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਦਿਲਬਾਗ ਸਿੰਘ ਜੀ ਨੇ ਨਿਊਯਾਰਕ ਤੋਂ ਉਹਨਾਂ ਨੇ ਕਿਹਾ ਕਿ ਮੈਂ ਲਖਦੀਪ ਦੀ ਪੜ੍ਹਾਈ ਨੂੰ ਸਪੋਂਸਰ ਕਰਨਾ ਚਾਹੁੰਦਾ ਸੋ ਇਹ ਜਿਹੜੀ ਮਕਸਦ ਸਾਡਾ ਨਹੀਂ ਸੀਗਾ ਕਿ ਤੁਸੀਂ ਰਾਬਤਾ ਡਾਇਰੈਕਟ ਕਾਇਮ ਕਰ ਸਕਦੇ ਹੋ ਲਖਦੀਪ ਦੇ ਫਾਦਰ ਔਰ ਮਦਰ ਦੇ ਨਾਲ ਜੋ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਵਟ ਐਵਰ ਯੂ ਵਾਂਟ ਟੂ ਐਜੂਕੇਟ ਪਰ ਸਪੋਂਸਰ ਅਸੀਂ ਕਈ ਲੱਖਾਂ ਹਜ਼ਾਰਾਂ ਲਖਦੀਪ ਸਿੰਘ ਵਰਗੇ ਵਿਦਿਆਰਥੀ ਨੂੰ ਪੰਜਾਬ ਦੇ ਵਿੱਚ ਕਰ ਸਕਦੇ ਹਾਂ ਜਿਨ੍ਹਾਂ ਦਾ ਫਿਊਚਰ ਅਸੀਂ ਸਿਕਿਓਰ ਕਰਕੇ ਉਹਨਾਂ ਨੂੰ IAS ਔਰ JIPS ਜਾਂ ਫਿਰ ਹੋਰ ਵੀ ਅਹੁਦਿਆਂ ਦੇ ਉੱਤੇ ਬਿਠਾ ਸਕਦੇ ਹਾਂ ਔਰ ਕਰ ਸਕਦੇ ਹਾਂ ਇਸ ਕੌਮ ਨੂੰ ਮਜ਼ਬੂਤ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।